केस किया है वकीला ते उन्होंने शब्दावली वरती केस किया है उहदे ते थोड़ा जिहा वेरवा दिओ क्यों कि पर अपनी तरक्की च किसी का मोढ़ा या किसी की छाती से पैर रख के चढ़ना यह पाप तुसी सानू कहो भी रफल दे खोखे हाँ असी मतलब असी डस्टबीन का समान हो गए खोखा डस्टबीन च सुट्टोगे ना तो वह कहिंदी चक्की वकील फिर दे भी असी मूलियां गाजरां सब्जियां यहो जी चीज़ हो गई परस हो गए जनानी वाला जिन्हों सानू मोढ़े पा के तुसी तुरे फिरना जिवें सरदार नाल जी लाउणा जरूरी है ना उस तरह वकील नाल साहब लाउणा जरूरी है ना लाओ तो असीं गुस्सा कर लैंदे फाइल कीती आ जिहड़ी केस दर्ज कीता कि कि धारावं तुसीं लगाईआं ने किहना किहना ते कीता आ सब तो पहलां तो इहदे मुख आरोपी जिहनूं मैं रख्या होया मनकीरत औलखी आप क्योंकि वह लीड रोल कर रहा है फिर गुरलेज अख्तर है श्री बराड़ है ऐ वी सिद्धू है ऐ वी सराय है मैं मेहनत करती अपने वकील भाईचारे जे पहुँच चुका है और बड़िया थावां तो हुण इंदरजीत जी ने एक उन्होंने भेजा हुण फिलौर तो लुधियाने जलंधरों अमृतसरों ईवन लखनऊ तो बरेली तो इलाहाबाद तो एड्डी वड्डी इंपोर्टेंट कम्यूनिटी नूं तुसीं कहो चक्की हो वकील फिर दे व्हाट डस इट मीन की सेंस ऑफ ह्यूमर तुहाडे अंदर है की सेंस ऑफ रिस्पोंसिबिलिटी तुहाडे अंदर है तुसीं वकीलां नूं या वकील साहब नूं की प्रोजेक्ट करना चाह रहे हो कि तुसीं पैसे नाल खरीद लोगे आई एम सॉरी माई डियर पैसे नाल तुसीं सानूं नहीं खरीद सकते ना तुहाडे च किसे च इहो जी औकात है कि तुसीं किसे वकील नूं खरीद सको ਤੁਸੀਂ ਆਪਣੀਆਂ ਗਲਤੀਆਂ ਦੇ ਪੈਸੇ ਭਰਦੇ ਹੋ ਆ ਕੇ ਔਰ ਆਪਣੀਆਂ ਗਲਤੀਆਂ ਦੇ ਧੱਕੇ ਖਾਂਦੇ ਹੋ ਆ ਕੇ ਮਨਕੀਰਤ ਔਲਖ ਨੇ ਤਾਂ ਸਿਰਫ ਇਹ ਗੀਤ ਗਾਇਆ ਜੇ ਮੈਂ ਗੱਲ ਕਰਾਂ ਲਿਖਿਆ ਹੈ ਸ਼੍ਰੀ ਬਰਾੜ ਨੇ ਆ ਤੁਹਾਡੀ ਮੇਨ ਲਿਖਤ ਤੇ ਗੱਲ ਹੈ ਨਾ ਕਿ ਉਹਨਾਂ ਨੇ ਇਹ ਵਰਡ ਲਿਖੇ ਨੇ ਉਹਦੇ ਵਿੱਚ ਕੋਈ ਨਾ ਕੋਈ ਇਹਨਾਂ ਦੇ ਨਾਮਾਂ ਤੋਂ ਪ੍ਰਸਿੱਧੀ ਖੜਨਾ ਚਾਹੁੰਦਾ ਕਿਉਂਕਿ ਇਹ ਇੰਨੇ ਮਸ਼ਹੂਰ ਨੇ ਲੋਕ ਇਹਨਾਂ ਨੂੰ ਬਹੁਤ ਫੋਲੋ ਕਰਦੇ ਨੇ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਇਹ ਕਿਹੋ ਜਿਹੇ ਮਸ਼ਹੂਰ ਨੇ ਨਚਈਏ ਨੇ ਨੱਚਣ ਗਾਣ ਵਾਲੇ ਪੈਸੇ ਦਿਓ ਨੱਚਣਾ ਸ਼ੁਰੂ ਕਰ ਦਿੰਦੇ ਨੇ ਇਹਨਾਂ ਦੀ ਮਸ਼ਹੂਰੀ ਕੋਈ ਅਹਿਮੀਅਤ ਨਹੀਂ ਰੱਖਦੀ ਮਸ਼ਹੂਰੀ ਅਹਿਮੀਅਤ ਰੱਖਦੀ ਜਿਹਦਾ ਕੋਈ ਅਹੁਦਾ ਹੋਵੇ ਜਿਹਦਾ ਕੋਈ ਰੈਂਕ ਹੋਵੇ ਸੁਸਾਇਟੀ 'ਚ ਉਹਦੀ ਕੋਈ ਕਦਰ ਹੋਵੇ ਸਿੱਧੂ ਮੂਸੇਵਾਲਾ ਅਤੇ ਨਾਲ ਮਨਕੀਰਤ ਔਲਖ ਨੇ ਜਿਹੜਾ ਗਾਣਾ ਗਾਇਆ ਸੀ ਇਹਨਾਂ 'ਤੇ ਐੱਫ ਆਈ ਆਰ ਨੰਬਰ 35 ਹੋਈ ਸੀ ਮਾਨਸਾ ਸਦਰ ਥਾਣੇ 'ਚ ਸਾਡਾ ਨੋਟਿਸ ਹੈ ਇਹਦੇ ਵਿੱਚ ਸਾਰੀ ਪਾਰਟੀਆਂ ਦਾ ਨਾਂ ਲਿਖਿਆ ਇਕੱਲੇ ਇਕੱਲੇ ਦਾ ਐਡਰੈਸ ਫੋਨ ਨੰਬਰ ਐਵਰੀਥਿੰਗ ਦਿੱਤਾ ਇਹਦੀ ਕਾਪੀ ਮੈਂ ਚੈਨਲ ਨੂੰ ਵੀ ਦੇ ਦਿੰਦਾ ਤੁਸੀਂ ਬੇਸ਼ੱਕ ਚਲਾਓ ਸਤਿ ਸ਼੍ਰੀ ਅਕਾਲ ਜੀ ਹਮਦਰਦ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਮੈਂ ਹਾਂ ਮਨੀਸ਼ਾ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰੀ ਰਹਿੰਦੀ ਹੈ ਜਾਂ ਫਿਰ ਕਹੀਏ ਕਿ ਕਲਾਕਾਰ ਭਾਈਚਾਰਾ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਅਕਸਰ ਹੀ ਉਹ ਆਪਣੇ ਗਾਣਿਆਂ ਦੇ ਵਿੱਚ ਕੁਝ ਅਜਿਹੇ ਸ਼ਬਦ ਵਰਤ ਲੈਂਦੇ ਨੇ ਜੋ ਕਿ ਸਾਡੇ ਸਮਾਜ ਨੂੰ ਨਹੀਂ ਪਸੰਦ ਆਉਂਦੇ ਸੋ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਮਨਕੀਰਤ ਔਲਖ ਦਾ ਗੀਤ ਰਿਲੀਜ਼ ਹੋਇਆ 8 ਰਫਲਾਂ ਜਿਸ 'ਤੇ ਵਕੀਲ ਭਾਈਚਾਰੇ ਨੇ ਆਪੱਤੀ ਜਤਾਈ ਹੈ ਜਿਸ ਦੇ ਲਈ ਉਹਨਾਂ ਨੇ ਉਹ ਸ਼ਬਦ ਵਰਤੇ ਨੇ ਉਹ ਸ਼ਬਦ ਕਿਹੜੇ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਪਹਿਲਾਂ ਦੱਸ ਦਈਏ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵਕੀਲ ਸੁਨੀਲ ਮੱਲਣ ਉਹਨਾਂ ਨੇ ਉਹਨਾਂ 'ਤੇ ਕੇਸ ਦਰਜ ਕੀਤਾ ਹੈ ਜਿਸ ਦੇ ਲਈ ਉਹਨਾਂ ਨੇ ਵਕੀਲਾਂ ਅਤੇ ਜਿਹੜੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਉਹ ਜਿਹੜੇ ਬੋਲ ਨੇ ਕਿਹੜੇ ਨੇ ਉਹ ਤੁਹਾਨੂੰ ਦੱਸ ਦਿੰਦੇ ਹਾਂ ਇਹ ਗੀਤ ਆ ਜਿਹੜਾ ਮਨਕੀਰਤ ਔਲਖ ਅਤੇ ਗੁਰਲੇਜ਼ ਅਖਤਰ ਨੇ ਡੂਇਟ ਗਾਇਆ ਅਤੇ ਗੁਰਲੇਜ਼ ਅਖਤਰ ਕਹਿੰਦੇ ਨੇ ਵੇ ਚੱਕੀ ਉਹ ਵਕੀਲ ਫਿਰ ਦੇ ਅਤੇ ਮਨਕੀਰਤ ਔਲਖ ਅੱਗੋਂ ਕਹਿੰਦੇ ਨੇ ਨੀ ਸੋਹਣੀਏ ਉਹ ਤਾਂ ਰਫਲ ਦੇ ਖੋਖੇ ਸੋ ਇਸ ਜਿਹੜੀ ਲਾਈਨ ਆ ਇਹ ਜਿਹੜੇ ਸ਼ਬਦ ਨੇ ਇਸ 'ਤੇ ਆਪੱਤੀ ਜਤਾਈ ਗਈ ਹੈ ਇਸ ਸਮੇਂ ਸਾਡੇ ਨਾਲ ਸੁਨੀਲ ਹੁਣੀ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅਤੇ ਸਾਰੇ ਦਰਸ਼ਕਾਂ ਦਾ ਵੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਿਲਕੁਲ ਫਸਟ ਕਲਾਸ ਜੀ ਫਿਟ ਐਂਡ ਫਾਈਨ ਜੀ ਸੋ ਸਰ ਜਿਹੜਾ ਮਨਕੀਰਤ ਔਲਖ ਦਾ ਗੀਤ ਆਇਆ 8 ਰਫਲਾਂ ਜਦਕਿ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਮਿਲੀਅਨ ਵਿਊਜ਼ ਨੇ ਬਟ ਜਿਹੜੇ ਉਹਨਾਂ ਨੇ ਸ਼ਬਦਾਵਲੀ ਵਰਤੀ ਆ ਜਿਹੜੀ ਮਨਕੀ ਜਿਹੜਾ ਤੁਸੀਂ ਕੇਸ ਕੀਤਾ ਆ ਵਕੀਲਾਂ ਅਤੇ ਉਹਨਾਂ ਨੇ ਸ਼ਬਦਾਵਲੀ ਵਰਤੀ ਕੇਸ ਕੀਤਾ ਹੈ ਉਹਦੇ 'ਤੇ ਥੋੜ੍ਹਾ ਜਿਹਾ ਵੇਰਵਾ ਦਿਓ ਕਿਉਂ ਕੀਤਾ ਹੈ ਕਿੱਦਾਂ ਮਨਕੀ ਵਕੀਲਾਂ 'ਤੇ ਗੱਲ ਹੋਈ ਹੈ ਤਾਂ ਅੱਜ ਤੁਸੀਂ ਕੇਸ ਕੀਤਾ ਆ ਥੋੜ੍ਹਾ ਐਕਸਪਲੇਨ ਕਰੋ ਇਸ ਤਰ੍ਹਾਂ ਮੈਡਮ ਆਪਾਂ ਜ਼ਿੰਦਗੀ 'ਚ ਤਰੱਕੀ ਕਰਨ ਵਾਸਤੇ ਹੀ ਪੈਦਾ ਹੋਏ ਹਾਂ ਔਰ ਤੁਹਾਡੀ ਤਰੱਕੀ ਦੇ ਵਿੱਚ ਮੈਂ ਕਦੀ ਵੀ ਰੋੜਾ ਨਹੀਂ ਬੰਨਣਾ ਚਾਹਾਂ ਮੈਨੂੰ ਖੁਸ਼ੀ ਹੋਏਗੀ ਮੇਰਾ ਕੋਈ ਭੈਣ ਭਰਾ ਕੋਈ ਪੰਜਾਬੀ ਵੀਰ ਦੇਸ਼ ਪ੍ਰਦੇਸ਼ 'ਚ ਸਾਡਾ ਨਾਂ ਉੱਚਾ ਲੈ ਕੇ ਜਾਂਦਾ ਪਰ ਆਪਣੀ ਤਰੱਕੀ 'ਚ ਕਿਸੇ ਦਾ ਮੋਢਾ ਜਾਂ ਕਿਸੇ ਦੀ ਛਾਤੀ 'ਤੇ ਪੈਰ ਰੱਖ ਕੇ ਚੜ੍ਹਨਾ ਇਹ ਪਾਪ ਹੈ ਇਹ ਸਾਡੇ ਗ੍ਰੰਥਾਂ 'ਚ ਵੀ ਲਿਖਿਆ ਕਿ ਤਰੱਕੀ ਆਪਣੇ ਮੋਢਿਆਂ ਦੇ ਸਿਰ 'ਤੇ ਕਰੋ ਅਤੇ ਚੰਗੀ ਹਰਕਤਾਂ ਨਾਲ ਤਰੱਕੀ ਕਰੋ ਅਤੇ ਮਨਕੀਰਤ ਔਲਖ ਅਤੇ ਉਹਦੀ ਬਾਕੀ ਟੀਮ ਨੇ ਇੱਕ ਐਡੀ ਇਹੋ ਜਿਹੀ ਸੈਂਸਿਟਿਵ ਕਮਿਊਨਿਟੀ ਜਿਹੜੀ ਲੋਕਾਂ ਨੂੰ ਕਾਨੂੰਨੀ ਤੌਰ 'ਤੇ ਮਦਦ ਦਿੰਦੀ ਹੈ ਉਹਨਾਂ ਨੂੰ ਰਾਹਤ ਲੈ ਕੇ ਦਿੰਦੀ ਹੈ ਔਰ ਜਦੋਂ ਸਾਰੀ ਦੁਨੀਆ ਦੇ ਦਰਵਾਜ਼ੇ ਬੰਦ ਲੱਭਦੇ ਨੇ ਉਸ ਵੇਲੇ ਸਿਰਫ ਇੱਕੋ ਹੀ ਕੌਮ ਹੈ ਵਕੀਲ ਜਿਹੜਾ ਤੁਹਾਨੂੰ ਜੱਫੀ ਪਾ ਕੇ ਕਹਿੰਦਾ ਵੀ ਭਰਾ ਚਿੰਤਾ ਨਾ ਕਰ ਤੇਰਾ ਵੀਰ ਜਿੰਦਾ ਹੈ ਸੋ ਉਸ ਕਮਿਊਨਿਟੀ ਲਈ ਤੁਸੀਂ ਸਾਨੂੰ ਕਹੋ ਵੀ ਰਫਲ ਦੇ ਖੋਖੇ ਹਾਂ ਅਸੀਂ ਮਤਲਬ ਅਸੀਂ ਡਸਟਬੀਨ ਦਾ ਸਮਾਨ ਹੋ ਗਏ ਖੋਖਾ ਡਸਟਬੀਨ 'ਚ ਸੁੱਟੋਗੇ ਨਾ ਅਤੇ ਉਹ ਕਹਿੰਦੀ ਚੱਕੀ ਉਹ ਵਕੀਲ ਫਿਰਦੇ ਵੀ ਅਸੀਂ ਮੂਲੀਆਂ ਗਾਜਰਾਂ ਸਬਜ਼ੀਆਂ ਕੋਈ ਇਹੋ ਜਿਹੀ ਚੀਜ਼ ਹੋ ਗਈ ਪਰਸ ਹੋ ਗਏ ਜਨਾਨੀ ਵਾਲਾ ਜਿਹਨੂੰ ਸਾਨੂੰ ਮੋਢੇ ਪਾ ਕੇ ਤੁਸੀਂ ਤੁਰੇ ਫਿਰਨਾ ਅਤੇ ਇਹਦਾ ਮੁੱਲ ਪਾ ਦੇਣਾ ਚਾਹੀਦਾ ਨਾ
ਸਾਨੂੰ ਤਾਂ ਮੋਢਿਆਂ ਤੇ ਚੁੱਕ ਕੇ ਲੋਕੀ ਤੁਰਦੇ ਨੇ, ਜਦੋਂ ਕੇਸ ਜਿੱਤ ਕੇ ਬਾਹਰ ਆਉਂਦੇ ਨੇ ਸਾਡੇ ਗਲਿਆਂ 'ਚ ਹਾਰ ਪਾਉਂਦੇ ਨੇ, ਜਿੱਥੇ ਜਾਈਏ। ਸਿਰਫ ਇੱਕ ਕੌਮ ਐਸੀ ਹੈ ਜਿਹਦੇ ਨਾਲ ਜੀ ਜਾਂ ਸਾਹਿਬ ਲਾ ਕੇ ਗੱਲ ਕਰਦੇ ਨੇ, ਵਕੀਲ ਸਾਹਿਬ। ਜਿਵੇਂ ਸਰਦਾਰ ਨਾਲ ਜੀ ਲਾਉਣਾ ਜ਼ਰੂਰੀ ਹੈ ਨਾ, ਉਸੇ ਤਰ੍ਹਾਂ ਵਕੀਲ ਨਾਲ ਸਾਹਿਬ ਲਾਉਣਾ ਜ਼ਰੂਰੀ ਹੈ। ਨਾ ਲਾਓ ਤਾਂ ਅਸੀਂ ਗੁੱਸਾ ਕਰ ਲੈਂਦੇ ਹਾਂ, ਇਹ ਕਾਨੂੰਨ ਹੈ। ਅਗਲੀ ਗੱਲ ਸਮਝਾਉਣਾ, ਮਾਨਯੋਗ ਸੁਪਰੀਮ ਕੋਰਟ ਦਾ ਕਦੀ ਕੋਈ ਫੈਸਲਾ ਚੁੱਕ ਲਿਓ, ਕਦੀ ਕੋਈ ਫੈਸਲਾ ਚੁੱਕ ਲਿਓ, ਮਾਨਯੋਗ ਹਾਈ ਕੋਰਟ ਦਾ ਚੁੱਕ ਲਿਓ, ਜਾਂ ਮਾਨਯੋਗ ਸਾਡੀਆਂ ਡਿਸਟ੍ਰਿਕਟ ਕੋਰਟਾਂ ਜਾਂ ਸਭ ਤੋਂ ਛੋਟੀਆਂ ਕੋਰਟਾਂ ਦਾ ਚੁੱਕ ਲਿਓ, ਕਿਸੇ ਟ੍ਰਿਬਿਊਨਲ ਦਾ ਫੈਸਲਾ ਚੁੱਕ ਲਿਓ, ਉੱਥੇ ਵਕੀਲ ਸਾਹਿਬ ਦਾ ਨਾਂ ਸਿਰਫ ਸ਼੍ਰੀ ਸੁਨੀਲ ਮੱਲਨ ਨਹੀਂ ਲਿਖਿਆ ਹੋਏਗਾ, ਲਰਨਡ ਕੌਂਸਲ ਸ਼੍ਰੀ ਸੁਨੀਲ ਮੱਲਨ, ਸਾਡੇ ਨਾਂ ਦੇ ਕੇ ਲਰਨਡ ਕੌਂਸਲ ਸ਼ਬਦ ਵੀ ਆਉਂਦਾ। ਦੂਜੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਦੱਸਦੇ ਹਾਂ, ਅਸੀਂ ਪਬਲਿਕ ਸਰਵੈਂਟ ਕੈਟਾਗਰੀ 'ਚ ਨਹੀਂ ਆਉਂਦੇ, ਅਸੀਂ ਸੰਵਿਧਾਨ ਦੇ ਬੰਦੇ ਹਾਂ, ਜਿਹਨੂੰ ਆਪਾਂ ਕਹਿੰਦੇ ਸਟੈਚੂਏਟ ਬੋਰਡ ਦੇ ਮੈਂਬਰ ਹਾਂ, ਵੀ ਆਰ ਲਾਅ ਮੇਕਰਸ। ਸਾਡੇ ਜਿਹੜੇ ਕਾਲੇ ਕੋਟ ਵਾਲੇ ਨੇ ਡਾਕਟਰ ਬੀ ਆਰ ਅੰਬੇਦਕਰ ਜੀ ਤੋਂ ਸ਼ੁਰੂ ਹੋ ਜਾਈਏ, ਉਹਨਾਂ ਨੇ ਸੰਵਿਧਾਨ ਲਿਖਿਆ, ਉਹਨਾਂ ਨੇ ਕਾਨੂੰਨ ਲਿਖਿਆ, ਔਰ ਉਸ ਕਾਨੂੰਨ ਦੀ ਪਾਲਣਾ ਕਰਨਾ। ਜਿਹੜੀਆਂ ਸਾਡੀਆਂ ਆਰਮਡ ਫੋਰਸਿਸ ਹੈ, ਨੋਨ ਆਰਮਡ ਫੋਰਸਿਸ ਹੈ, ਉਹਨਾਂ ਦਾ ਕੰਮ ਹੈ, ਉਹਦੀ ਰੱਖਿਆ ਕਰਨਾ ਵਕੀਲਾਂ ਦਾ ਕੰਮ ਹੈ। ਅਸੀਂ ਲਾਅ ਦੇ ਪ੍ਰੋਟੈਕਟਰ ਹਾਂ ਕਿ ਲਾਅ ਨੂੰ ਬਚਾਉਣਾ, ਕਿ ਕੋਈ ਬੰਦਾ ਉਹਦੇ ਨਾਲ ਧੱਕਾ ਨਾ ਕਰ ਜਾਵੇ। ਅਸੀਂ ਵੇਖੋ ਦੋਸ਼ੀ ਦਾ ਕੇਸ ਵੀ ਲੜਦੇ ਹਾਂ, ਅਸੀਂ ਕੰਪਲੇਂਟ ਜਿੰਨੇ ਕੀਤੀ ਉਹਦਾ ਕੇਸ ਵੀ ਲੜਦੇ ਹਾਂ। ਮੀਨਿੰਗ ਦੇਅਰ ਬਾਏ ਅਸੀਂ ਹੱਕ ਦਿਵਾਉਂਦੇ ਹਾਂ ਵੀ ਜੇ ਕਾਨੂੰਨੀ ਤੌਰ 'ਤੇ ਕੋਈ ਗਲਤ ਕੰਮ ਹੋਇਆ ਤਾਂ ਅਸੀਂ ਆਪਣੇ ਮੁਲਜ਼ਮ ਨੂੰ ਜਾਂ ਆਪਣੇ ਕੰਪਲੇਨੈਂਟ ਨੂੰ ਉਹਦਾ ਲਾਅ ਨੂੰ ਪ੍ਰੋਟੈਕਟ ਕਰਦੇ ਹੋਏ, ਅਸੀਂ ਮੁਲਜ਼ਮ ਨੂੰ ਨਹੀਂ ਬਚਾਉਂਦੇ ਜਾਂ ਕੰਪਲੇਨੈਂਟ ਦੀ ਉਹ ਨਹੀਂ ਕਰਾਉਂਦੇ ਹੱਕ ਰਸੀ, ਅਸੀਂ ਲਾਅ ਨੂੰ ਪ੍ਰੋਟੈਕਟ ਕਰਦੇ ਹੋਏ ਉਹਨਾਂ ਦੀ ਹੱਕ ਰਸੀ ਕਰਾਉਂਦੇ ਹਾਂ ਕਿ ਕਹੀਂ ਕਿਤੇ ਕਾਨੂੰਨ ਤੌਰ 'ਤੇ ਕੋਈ ਗਲਤ ਕੰਮ ਹੈ ਅਤੇ ਉਹਦੇ ਤੋਂ ਬਚਾਅ ਕਰਕੇ ਉਹਨਾਂ ਨੂੰ ਅਸੀਂ ਮਦਦ ਦਈਏ। ਆਮ ਬਹੁਤ ਸਾਰੇ ਲੋਕ ਨੇ ਉਹਨਾਂ ਵੱਲੋਂ ਕਿਹਾ ਜਾਂਦਾ, ਮੈਂ ਵਕੀਲਾਂ ਨੂੰ ਗਲਤ ਨਹੀਂ ਕਹਿੰਦੀ, ਬਟ ਆਮ ਲੋਕ ਕਹਿੰਦੇ ਨੇ ਕਿ ਜਿਹੜੇ ਮਰਜ਼ੀ ਚੱਕਰਾਂ 'ਚ ਪੈ ਜਾਈਏ ਪਰ ਵਕੀਲਾਂ ਦੇ ਚੱਕਰਾਂ 'ਚ ਨਾ ਪਈਏ, ਕਿਉਂਕਿ ਸਾਡੇ ਗੇੜੇ ਬਹੁਤ ਲਗਾਉਂਦੇ ਨੇ, ਪੈਸੇ ਲੈ ਕੇ, ਮਤਲਬ ਕਿ ਜਦੋਂ ਜਿਹੜੇ ਕਹਿੰਦੇ ਨੇ ਕੰਮ ਕੱਲ੍ਹ ਹੋ ਜਾਊਗਾ ਪਰਸੋਂ ਹੋ ਜਾਊਗਾ, 20-20, 15-15 ਦਿਨ, ਮਹੀਨਾ ਵੀ ਲੱਗ ਜਾਂਦਾ ਹੈ, ਬਸ ਵਕੀਲਾਂ ਦੇ ਚੱਕਰਾਂ 'ਚ ਨਾ ਪਈਏ। ਦੇਖੋ ਜੀ, ਇਹ ਤਾਂ ਬਜ਼ੁਰਗ ਵੀ ਕਹਿੰਦੇ ਨੇ ਵੀ ਚਿੱਟਾ ਕੋਲ ਅਤੇ ਕਾਲਾ ਕੋਟ, ਰੱਬ ਕਿਸੇ ਨੂੰ ਅਤੇ ਖਾਕੀ ਕੋਟ, ਰੱਬ ਕਿਸੇ ਨੂੰ ਵੀ ਇਸ ਵੱਸ ਨਾ ਪਾਵੇ। ਤੁਸੀਂ ਗਲਤ ਕੰਮ ਕਰੋ ਹੀ ਨਾ, ਤੁਹਾਨੂੰ ਸਾਡੇ ਕੋਲ ਆਉਣਾ ਹੀ ਨਾ ਪਵੇ, ਕੋਈ ਵਕੀਲ ਤੁਹਾਨੂੰ ਘਰ ਜਾ ਕੇ ਸੱਦਣ ਜਾਂਦਾ ਕਿ ਆਓ ਜੀ ਕੇਸ ਲੜ ਦਿੰਦੇ ਹਾਂ ਤੁਹਾਡਾ, ਤੁਸੀਂ ਕਤਲ ਕਰਕੇ ਆਓ ਜੀ ਅਸੀਂ ਤੁਹਾਡਾ ਕੇਸ ਲੜ ਦਿੰਦੇ ਹਾਂ, ਕਦੀ ਕੋਈ ਆਇਆ ਵਕੀਲ ਤੁਹਾਡੇ ਘਰ? ਜਦਕਿ ਇਹ ਗਾਣੇ ਗਾਉਣ ਵਾਲੇ, ਨੱਚਣ ਗਾਉਣ ਵਾਲੇ ਤੁਹਾਡੇ ਘਰਾਂ 'ਚ ਆਪਣੀ ਐਡਵਰਟੀਜ਼ਮੈਂਟ ਭੇਜਦੇ ਨੇ ਕਿ ਲਓ ਜੀ ਸਾਡਾ ਗਾਣਾ ਸੁਣੋ। ਵਕੀਲ, ਕੋਈ ਡਾਕਟਰ, ਕੋਈ ਪੁਲਿਸ ਵਾਲਾ ਆਇਆ ਤੁਹਾਡੇ ਘਰ ਕਿ ਭਾਜੀ ਕੋਈ ਪਰਚਾ ਪੁਰਚਾ ਕਰਾਉਣਾ ਅਤੇ ਆਓ ਥਾਣੇ? ਹੋਇਆ ਕਦੀ? ਦੱਸੋ, ਤਾਂ ਤੁਹਾਨੂੰ ਸੱਦਣ ਜਾਂਦੇ ਅਸੀਂ? ਨਹੀਂ, ਤੁਸੀਂ ਆਪ ਆਉਂਦੇ ਹੋ, ਪਹਿਲਾਂ ਗਲਤੀਆਂ ਕਰਦੇ ਹੋ ਜਾਂ ਕਿਸੇ ਗਲਤੀ ਦਾ ਸ਼ਿਕਾਰ ਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਆਉਂਦੇ ਹੋ, ਅਤੇ ਫਿਰ ਜਿਹੜਾ ਪ੍ਰੋਸੀਜਰ ਹੈ, ਹੁਣ ਤੁਸੀਂ ਸੋਚਦੇ ਹੋ ਵੀ ਪਹਿਲਾਂ ਮੈਂ ਗਲਤੀ ਕਰ ਬੈਠਾ, ਹੁਣ ਮੈਂ ਰਾਤੋ ਰਾਤ ਇਹਨੂੰ ਚਮਤਕਾਰ ਹੋ ਜਾਏ ਹੱਥ 'ਤੇ ਸਰੋਂ ਜੰਮ ਜੇ। ਕੋਰਟ ਐਂਡ ਲਾਅ ਵਿਲ ਟੇਕ ਆਲਵੇਜ਼ ਇਟਸ ਓਨ ਪ੍ਰੋਸੀਜਰ। ਸਿਰਫ ਅੱਜ ਦੀ ਤਰੀਕ 'ਚ ਜੇ ਇਨਸਾਫ ਬਚਿਆ ਤਾਂ ਅਦਾਲਤਾਂ 'ਚ ਬਚਿਆ, ਜੇ ਅਦਾਲਤਾਂ ਨਾ ਹੋਣ ਤਾਂ ਗੁੰਡਾ ਰਾਜ ਅੱਜ ਵੀ ਸ਼ੁਰੂ ਹੋ ਜਾਵੇ। ਔਰ ਅਦਾਲਤਾਂ ਤੋਂ ਲੋਕਾਂ ਨੂੰ ਡਰ ਲੱਗਦਾ, ਟਾਈਮ ਜ਼ਰੂਰ ਲੱਗਦਾ, ਅਨਿਆਏ ਨਹੀਂ ਹੁੰਦਾ ਅਦਾਲਤਾਂ 'ਚ, ਨਿਆਏ ਹੁੰਦਾ ਉਹਦੇ ਲਈ ਟਾਈਮ ਲੱਗਦਾ। ਔਰ ਜਦੋਂ ਤੁਸੀਂ ਆਪਣਾ ਪੱਖ ਸਹੀ ਤਰੀਕੇ ਨਾਲ ਰੱਖੋਗੇ ਤੁਹਾਨੂੰ 100% ਉੱਥੋਂ ਰਿਲੀਫ ਮਿਲੇਗਾ। ਸੋ ਫਿਰ ਮੈਂ ਤੁਹਾਡੀ ਗੱਲ ਨੂੰ ਪੱਕਿਆਂ ਕਹਿੰਦਾ, ਲੋਕ ਠੀਕ ਬੋਲਦੇ ਨੇ ਕਿ ਬੜੇ ਚੱਕਰ ਲੱਗਦੇ ਨੇ, ਜਦੋਂ ਕੰਮ ਤੁਸੀਂ ਪ੍ਰੋਸੀਜਰ ਨਾਲ ਕਰਨਾ, ਲੀਗਲ ਤਰੀਕੇ ਨਾਲ ਕਰਨਾ, ਉਹਨੂੰ ਟਾਈਮ ਲੱਗੇਗਾ। ਦੇਰ ਇਜ਼ ਨੋ ਸ਼ਾਰਟਕੱਟ ਟੂ ਲਾਅ, ਦੇਰ ਇਜ਼ ਨੋ ਸ਼ਾਰਟਕੱਟ ਟੂ ਸਕਸੈਸ। ਸਕਸੈਸ ਹੁੰਦਿਆਂ ਵੀ ਤੁਹਾਨੂੰ ਬੜੇ ਸਾਲ ਲੱਗ ਜਾਂਦੇ ਨੇ, ਅਤੇ ਮਿਹਨਤ ਕਰੋਗੇ, ਕਾਨੂੰਨੀ ਤਰੀਕੇ ਨਾਲ ਚੱਲੋਗੇ। ਕੋਰਟ ਨੇ ਦੋਨਾਂ ਦਾ ਪੱਖ ਵੇਖਣਾ, ਦੋਨਾਂ ਤੋਂ ਬਾਅਦ ਪਬਲਿਕ ਦੇ ਉੱਤੇ ਉਸ ਮੇਰੇ ਆਰਡਰ ਦਾ ਕੀ ਅਸਰ ਆ ਰਿਹਾ। ਹੁਣ ਇਹ ਲਿਵਿੰਗ ਇਨ ਰਿਲੇਸ਼ਨਸ਼ਿਪ, ਸਾਡੇ ਮਾਨਯੋਗ ਹਾਈ ਕੋਰਟ ਨੇ ਇੱਕ ਬੜੀ ਵਧੀਆ ਵਰਸ਼ਨ ਦਿੱਤੀ ਹੈ ਕਿ ਅੰਡਰ ਏਜ ਹੈਗੇ ਹੋ ਤਾਂ ਤੁਸੀਂ ਲਿਵਿੰਗ ਇਨ 'ਚ ਨਹੀਂ ਰਹਿ ਸਕਦੇ, ਅਤੇ ਲੋਕ ਇਹੋ ਜਿਹੀਆਂ ਪਟੀਸ਼ਨਾਂ ਲੈ ਕੇ ਚੱਲ ਗਏ, ਹੁਣ ਉਹ ਵੀ ਕਹਿਣਗੇ ਕੱਲ੍ਹ ਨੂੰ ਵੀ ਸਾਡਾ ਹਾਈ ਕੋਰਟ ਨੇ ਫੈਸਲਾ ਗਲਤ ਕਰਤਾ। ਸੋ ਇਹ ਗੱਲਾਂ ਨੇ, ਲਾਅ 'ਚ ਕਦੀ ਗਲਤੀ ਨਹੀਂ ਹੋਏਗੀ, ਕਦੀ ਉਹਦੇ 'ਚ ਹੇਰਾਫੇਰੀ ਨਹੀਂ ਹੋਏਗੀ, ਬਿਲਕੁਲ ਜਸਟਿਸ ਮਿਲਦਾ, ਔਰ ਟਾਈਮ ਜ਼ਰੂਰ ਲੱਗੇਗਾ, ਸਹੀ ਕੰਮ ਨੂੰ ਕਰਨ ਲੱਗਿਆਂ ਟਾਈਮ ਲੱਗਦਾ ਜੀ। ਚਲੋ ਜੀ, ਆਪਾਂ ਵਾਪਸ ਆਉਂਦੇ ਹਾਂ ਆਪਣੇ ਮੁੱਦੇ 'ਤੇ, ਜੋ ਆਪਾਂ ਗੱਲ ਕਰ ਰਹੇ ਹਾਂ ਮਨਕੀਰਤ ਔਲਖ ਉਹਨਾਂ ਦੀ। ਸੋ ਜਿਹੜਾ ਤੁਸੀਂ ਕੇਸ ਦਰਜ ਕੀਤਾ ਉਸਦੇ ਬਾਰੇ ਜ਼ਰੂਰ ਦੱਸੋ, ਫਾਈਲ ਕਿੱਦਾਂ ਕਿਸ ਤੁਸੀਂ ਫਾਈਲ ਕੀਤੀ ਆ, ਜਿਹੜੀ ਕੇਸ ਦਰਜ ਕੀਤਾ, ਕਿ ਕਿਹੜੀ ਕਿਹੜੀਆਂ ਧਾਰਾਵਾਂ ਤੁਸੀਂ ਲਗਾਈਆਂ ਨੇ, ਕਿਹਨਾਂ ਕਿਹਨਾਂ 'ਤੇ ਕੀਤਾ ਆ, ਉਹ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ। ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਇਹਦੇ 'ਚ ਮੁੱਖ ਆਰੋਪੀ ਜਿਹਨੂੰ ਮੈਂ ਰੱਖਿਆ ਹੋਇਆ ਮਨਕੀਰਤ ਔਲਖ ਹੀ ਆਪ, ਕਿਉਂਕਿ ਉਹ ਲੀਡ ਰੋਲ ਕਰ ਰਿਹਾ। ਫਿਰ ਗੁਰਲੇਜ ਅਖਤਰ ਹੈ, ਸ਼੍ਰੀ ਬਰਾੜ ਹੈ, ਐ ਵੀ ਸਿੱਧੂ ਹੈ, ਐ ਵੀ ਸਰਾ ਹੈ, ਫਿਰ ਮਾਹੀ ਸਿੱਧੂ ਅਤੇ ਜੋਬਨ ਸਿੱਧੂ ਨੇ, ਫਿਰ ਆਪਣਾ ਗਿੰਨੀ ਕਪੂਰ ਹੈ ਜੀ, ਜਗਜੀਤ ਸਿੰਘ ਧਨੋਆ ਕੋਈ ਐਡੀਟਰ ਨੇ, ਤੇਜਵੀਰ ਸਿੰਘ ਹੈ ਬਾਬਾ ਮਸਾਲਾ ਵਾਲੇ, ਖੁਸ਼ਹਾਲ ਨਈਅਰ ਹੈ,
गैरी नवाब है, उस तो अलावा फेसबुक है, इंस्टाग्राम है, यूट्यूब है, स्पोटीफाई है, गाना है, तो जिन्हें भी अननेम्ड क्रू मैंबर ने, चाहे पिछे डांस करने वाले तो चाहे जिन्हें भावें कैमरे की छतरी भी फड़ी है, जिन्हें पोस्टर तक बनाया, मेरे लिए सारे गुनाहगार ने, क्योंकि ये मिली भुगत है, कनाइवेंस है। गंदा गाना गाना किसी एक धर्म को, समाज को या किसी कम्यूनिटी को, और उस कम्यूनिटी को जी स्टैचुएट बोर्ड मैंबर वो बारे तुम कहते हो रफल दे खोखे मीनस चलिया होया कारतूस, मतलब मैं उन्होंने किसी देखो मैं बड़ी पुरानी जगह पर लै जाना तुम्हें कि कुंभकर्ण जरा सी ना जी उन्हें इन्नी तपस्या की थी कि अपना रब न खुश कर लिया तो ब्रह्मा जी प्रकट हो गए, साड़ी कहानियों लिखे है, साड़िया ग्रंथा च लिखे है। तो होया कि जो प्रकट हो गए तो उन्होंने कहा दस बी वत्स की मंगता मेरे को, कुंभकर्ण ने बोलिया मैं इंद्र आसन चाहिए कि महाराज इंद्र देवता था जो आसन वो मैनू दे दौ, तो सुनिया की सी उन्होंने निंद्र आसन चाहिए, तो उन्होंने कहा तथास्तु, तो वह सौंदा रहा छे छे महीने। ये साड़ी हिस्टरी लिखे है, मीनस परसैप्शन इज इन द आईज ऑफ बीहोल्डर, तुम मैनू की कहते हो जो मैनू लगता भाव मैं वो दसागा कि मैनू ये इस इशारे तो यह गलत लगा है। तुम इदा करते हो इंडिया च, यदा मतलब है फस्ट क्लास जकास पंजाबी की टोटा है ना, यो तुम तनेशिया करके खाओ यो एंगल, यदा मतलब मैं तेरा मर्डर कर दाँगा। जापान च यहोजे इशारा करो यदा मतलब है कि मैं पैसे चाहिए ने। सो कम्युनिकेशन स्किल तुम शब्दावली का वही जिदा इस्तेमाल करो, तुम जिस देश रेंदे हो, जिस वेशभूषा पाते हो, जिस कम्यूनिटी तुम रेंदे हो, उस समाज का, उस धर्म का तुम्हारी सोशल रिस्पोंसिबिलिटी है। तुम ऐसी कम्यूनिटी लिए यहोजे गंदे शब्द वरतते हो तो तुम्हें बख्शेगा कौन। मैं तुम्हें एक गल दस दिना, मेरे इसे लीगल नोटिस की मेरे बड़े वकील भरावान ने कॉपी करके नोटिस भेजने शुरू करते हैं। मैं मेहनत करती है, अपने वकील भाईचारे जो पहुँच चुका है, और बड़िया थावां तो हुण इंदरजीत जी ने एक उन्होंने भेजे हुण फलौर तो, लुधियाने, जलंधरों, अमृतसरों, ईवन लखनऊ तो, बरेली तो, इलाहाबाद तो, मतलब कि लड़ाई जिहड़ी तुसीं जिहड़ी उन्हां खिलाफ केस कीता आ इह तुसीं कल्ले ने? मैं पहला शुरुआत कल्ले ने कीती है, मेरी मैं बार कौंसल नूं और अपनी आल इंडिया बार कौंसल नूं इहदी कॉपी भेजी है, और आई होप कि बार कौंसल और आल इंडिया बार कौंसल भी ये संज्ञान लेंदे हुए अपना नोट पुटअप करके मे बी वह सीधा लिख दे कि लॉज एन एफ आई आर, मे बी वो जो भी मेरी बार कौंसल है वो मेरे माई बाप है, वो जो ठीक समझे वह कार्रवाई पाँगे जी। और ये जड़िया धारावं लगिया ने मैं वो बारे भी दस दिना। मैं पहला उस तो पहला एक गल दसना चाहना, वकील साहब कौन होंगे है? वो कोई पब्लिक सर्वेंट नहीं होंगे, वो कोई ताडे नौकर नहीं होंगे, वो एक ऑफिसर ऑफ कोर्ट जुडिशियल सिस्टम के अफसर होंगे है। यानी कि तुहाडे डीसी साहब जिहड़े डिस्ट्रिक्ट पूरे के मालक ने, जो कोई कानून की गल आ जाए, कोई कानून की फाइल बनाते हैं ना, तो उसकी मंजूरी लिए वकील साहब को भेजते हैं। तुहाडे एसएसपी साहब या कमिश्नर ऑफ पुलिस जो कोई परचा दर्ज करना होंगे तो डीए लीगल सर की राय लई एसएसपी साहब तो बाद उत्थे जांदा कि डीए लीगल साहब को राय ले ली जाए, उहदे ते इतराज लवा ले जान, उहदे इतराजां की पूर्ति की जाए, तो फिर ये पहला तो एफ आई आर दर्ज होवे। एफ आई आर तो बाद जो चलान पेश होंदा फिर डीए लीगल साहब को जाता है, कोर्ट च जाण तो पहला डीए लीगल सर की मंजूरी होंदी है या उन्हां दी टीम की मंजूरी होंदी है। तो एड्डी वड्डी इंपोर्टेंट कम्यूनिटी नूं तुसीं कहो चक्की हो वकील फिर दे, मतलब वट डस इज मीन, की सेंस ऑफ ह्यूमर तुहाडे अंदर है, की सेंस ऑफ रिसपोंसिबिलिटी तुहाडे अंदर है, तुसीं वकीलां नूं या वकील साहब नूं की प्रोजेक्ट करना चाह रहे हो कि तुसीं पैसे नाल खरीद लोगे? आई एम सॉरी माई डियर, पैसे नाल तुसीं सानूं नहीं खरीद सकते, ना तुहाडे च किसे च इहो जी औकात है कि तुसीं किसे वकील नूं खरीद सको। तुसीं अपनियां गलतियां दे पैसे भरदे हो आके और अपनियां गलतियां दे धक्के खांदे हो आके। मैं क्लीयर कहना इन्नी गल, तुहानूं कोई वकील भरा सद्दन नहीं जांदा कि आओ जी कचहरी आके तुहाडा केस लड़ाईए। तुहाडे घर आया कोई अज तक? बिल्कुल भी नहीं। सो इस गल करते हैं, जो तुम केस किया सो तुम्हारी डिमांड की है मेन आ केस करने? हाँ जी, हाँ जी, मेरी डिमांड सब तो पहली है कि ये रिटन अपोलॉजी और वीडियो ते आ गए अपोलॉजी मंगणगे कि साढ़े को ले गाने दे विच ए बोल गलत बोले गए हैं, पहला तो अपोलॉजी होएगी, दूजा इस गाने नू रिमूव किया जाएगा। ओके, राइट, तुम याद करो वो आया सी ना गाना सैक्सी 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 मुझे लोग बोले, उदे ते इतराज जताया गया सी, ते मुड़ के वो शब्द विचों गायब किया गया सी। और इस तरह ही जो एक और गायक ने गाना गाया सी
ਡੈਸ਼ ਮੇ ਦਮ ਹੈ ਤੋ ਇਹੋ ਜੇ ਕਈ ਗਾਇਕ ਨੇ ਇਹੋ ਜੀ ਕਈ ਸ਼ਬਦਾਵਲੀ ਆ ਜਿਨ੍ਹਾਂ ਤੇ ਕੇਸ ਹੁੰਦਾ ਬਾਅਦ ਵਿੱਚ ਉਹ ਜਿਹੜੇ ਸ਼ਬਦ ਆ ਹਟਾ ਦਿੱਤੇ ਜਾਂਦੇ ਨੇ ਜਦੋਂ ਕੋਈ ਕਮਿਊਨਿਟੀ ਉੱਤੇ ਕੇਸ ਫਾਈਲ ਕਰਦੀ ਆ ਸੋ ਥਿਸ ਇਜ਼ ਵਨ ਆਫ ਥੈਮ ਇਟ ਇਜ਼ ਲਾਈਕ ਥੈਮ ਔਰ ਇਹਦੇ ਵਿੱਚ ਮੇਰੀ ਪਹਿਲੀ ਡਿਮਾਂਡ ਹੈ ਰਿਟਨ ਅਪੋਲੋਜੀ ਔਰ ਵੀਡੀਓ ਤੇ ਆ ਗਿਆ ਅਪੋਲੋਜੀ ਜਿਹੜੇ ਜਿਹੜੇ ਮੀਡੀਆ ਤੇ ਇਹਨਾਂ ਨੇ ਪਾਇਆ ਫਿਰ ਉਸ ਗਾਣੇ ਨੂੰ ਰਿਮੂਵ ਕੀਤਾ ਜਾਵੇ ਤੀਸਰੀ ਗੱਲ ਜਿੰਨਾ ਅਜੇ ਤੱਕ ਰੈਵਨਿਊ ਜਨਰੇਟ ਹੋਇਆ ਇਸ ਗਾਣੇ ਤੋਂ ਇਹ ਸਾਡੇ ਵਕੀਲ ਭਾਈਚਾਰੇ ਦਾ ਜਿਹੜਾ ਸਾਡਾ ਐਡਵੋਕੇਟ ਵੈਲਫੇਅਰ ਫੰਡ ਹੈ ਉਹਦੇ 'ਚੋਂ ਪੈਸੇ ਸਾਰੇ ਜਮ੍ਹਾਂ ਕਰਾਏ ਜਾਣ ਔਰ ਉਸ ਤੋਂ ਬਾਅਦ ਜਿਹੜਾ ਮੇਰਾ ਜੂਨੀਅਰ ਹੈ ਜਾਂ ਮੇਰਾ ਕਲਾਇੰਟ ਕਹਿ ਲਓ ਮੇਰਾ ਕਲੀਗ ਕਹਿ ਲਓ ਉਹਨੂੰ ਇੱਕ ਕੰਪਨਸੇਸ਼ਨ ਮੰਗੀ ਆ ਉਹਦੇ 'ਤੇ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਲਵਾਂ ਜਾਂ ਨਾ ਲਵਾਂ ਦੈਟ ਇਜ਼ ਅ ਪ੍ਰੋਸੈਸ ਕਿ ਮੈਨੂੰ ਲਿਖਣਾ ਪੈਂਦਾ ਉਹ ਮੰਗਿਆ ਪਲੱਸ ਸਾਡੇ ਜਿਹੜੇ ਵਕੀਲ ਭਾਈਚਾਰੇ ਤੋਂ ਇਹਨਾਂ ਕੋਲੋਂ ਅਸੀਂ ਰਿਟਨ ਅਪੋਲੋਜੀ ਨਾਲ ਮੰਗਦੇ ਪਏ ਹੋਰ ਸਾਡੀ ਇਹਨਾਂ ਨਾਲ ਕੋਈ ਅਸੀਂ ਮੇਰੀ ਕੋਈ ਜਾਤੀ ਦੁਸ਼ਮਣੀ ਨਹੀਂ ਆਈ ਲਾਈਕ ਮਨਕੀਰਤ ਔਲਖ ਠੀਕ ਹੈ ਐਜ਼ ਹਿਊਮਨ ਬੀਂਗ ਬਟ ਐਜ਼ ਸਿੰਗਰ ਐਂਡ ਦਿਸ ਸੌਂਗ ਆਈ ਡੈਫੀਨੇਟਲੀ ਆਮ ਹੇਟਿੰਗ ਹਿਮ ਮਨਕੀਰਤ ਔਲਖ ਨੇ ਤਾਂ ਸਿਰਫ ਇਹ ਗੀਤ ਗਾਇਆ ਜੇ ਮੈਂ ਗੱਲ ਕਰਾਂ ਲਿਖਿਆ ਹੈ ਸ਼੍ਰੀ ਬਰਾੜ ਨੇ ਆ ਤੁਹਾਡੀ ਮੇਨ ਲਿਖਤ ਤੇ ਗੱਲ ਹੈ ਨਾ ਕਿ ਉਹਨਾਂ ਨੇ ਇਹ ਵਰਡ ਲਿਖੇ ਨੇ ਉਹਦੇ ਵਿੱਚ ਦੇਖੋ ਮੈਡਮ ਆਪਾਂ ਦੋਵੇਂ ਜਣੇ ਬੈਠੇ ਆ ਆਪਾਂ ਹੁਣੇ ਦੇਸ਼ ਦੇ ਵਿੱਚ ਕਿੱਥੇ ਬੰਬ ਫਿੱਟ ਕਰਨਾ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ ਤੇ ਅਸੀਂ ਦੇਸ਼ ਦਰੋਹ ਕਰ ਰਹੇ ਹਾਂ ਕਸੂਰਵਾਰ ਕੌਣ ਕੌਣ ਹੋਏਗਾ ਜਿਹੜੇ ਭਾਜੀ ਸਾਡੇ ਨਾਲ ਬੈਠੇ ਨੇ ਸੁਣਦੇ ਪਏ ਨੇ ਇਹ ਵੀ ਕਸੂਰਵਾਰ ਨੇ ਕਿਉਂਕਿ ਇਹਨਾਂ ਨੇ ਸਾਨੂੰ ਕਿਉਂ ਨਹੀਂ ਰੋਕਿਆ ਤੇ ਜਾਂ ਪੁਲਿਸ ਨੂੰ ਇਨਫੋਰਮ ਕਿਉਂ ਨਹੀਂ ਕੀਤਾ ਆ ਦੋਵੇਂ ਭੈਣ ਭਰਾ ਚੱਲੇ ਅੱਗ ਲਾਉਣ ਕਿਤੇ ਤੁਹਾਡੇ ਕਹਿਣ ਦਾ ਮਤਲਬ ਆ ਕਿ ਜਿਹੜਾ ਜਿਹੜਾ ਇਨਸਾਨ ਉਸ ਗਾਣੇ ਦਾ ਪਾਰਟ ਕਿ ਰੱਖਦਾ ਆ ਚਾਹੇ ਸ਼੍ਰੀ ਬਰਾੜ ਹੋਵੇ ਐ ਬੀ ਸਰਾ ਹੋਵੇ ਚਾਹੇ ਡਾਇਰੈਕਟਰ ਹੋਵੇ ਮਿਊਜ਼ੀਸ਼ੀਅਨ ਜਿਹੜਾ ਵੀ ਹੋਵੇ ਹਰ ਇੱਕ ਜਿਹੜਾ ਇਸ ਭਾਗੀਦਾਰ ਆ ਜਿਹਨੇ ਉਹਦੀ ਈਵਨ ਪੈਨ ਡਰਾਈਵ ਜੇਬ 'ਚ ਪਾ ਕੇ ਕਿਸੇ ਐਡੀਟਰ ਨੂੰ ਪਹੁੰਚਾਈ ਹੈ ਮੈਂ ਤੇ ਉਹਨੂੰ ਵੀ ਜੇ ਲੱਭ ਗਿਆ ਤੇ ਉਹਨੂੰ ਵੀ ਪਾਰਟੀ ਬਣਾਉਣਾ ਜੀ ਬੜੀ ਸਿੰਪਲ ਜੀ ਗੱਲ ਹੈ ਸੈਕਸ਼ਨ 34 IPC ਸੈਕਸ਼ਨ 120B ਸੈਕਸ਼ਨ 34 ਕਹਿੰਦਾ ਕਾਮਨ ਇੰਟੈਂਸ਼ਨ ਤੁਹਾਡੀ ਤੇ ਮੇਰੀ ਕਾਮਨ ਇੰਟੈਂਸ਼ਨ ਸੀ ਕਿ ਅੱਜ ਆਪਾਂ ਬੈਂਕ ਲੁੱਟਣ ਜਾਣਾ ਫਿਰ ਕ੍ਰਿਮੀਨਲ ਕਨਸਪੀਰੇਸੀ ਉਹਨੂੰ ਲੁੱਟਣਾ ਕਿਵੇਂ ਹੈ ਇਹ ਭਾਜੀ ਮੋਟਰਸਾਈਕਲ ਚਲਾਉਣਗੇ ਤੁਸੀਂ ਵਿਚਕਾਰ ਬੈਠੋਗੇ ਮੈਂ ਪਿੱਛੇ ਬੈਠੂੰਗਾ ਮੂੰਹ ਤੇ ਕੱਪੜਾ ਬੰਨਾਂਗੇ ਬੇਹੋਸ਼ ਕਰਾਂਗੇ ਗੋਲੀ ਵਟ ਨੌਨਸੈਂਸ ਵਟ ਐਵਰ ਕਰਾਂਗੇ ਮੀਨਸ ਅਸੀਂ ਸਾਡੀ ਸੈਕਸ਼ਨ 34 ਅਤੇ ਸੈਕਸ਼ਨ 120B ਮਤਲਬ ਕਿਸੇ ਨੇ ਨਹੀਂ ਰੋਕਿਆ ਇਹਨਾਂ ਨੂੰ ਕਿਸੇ ਨੇ ਵੀ ਨਹੀਂ ਰੋਕਿਆ ਕਿ ਭਾਜੀ ਇਹ ਦੋ ਲਾਈਨਾਂ ਗਲਤ ਹੋ ਗਈਆਂ ਵਿੱਚ ਜਾਂ ਵਕੀਲ ਸ਼ਬਦ ਗਲਤ ਹੋ ਗਿਆ ਵਕੀਲ ਨੂੰ ਛੱਡ ਕੇ ਕੁਝ ਹੋਰ ਸ਼ਬਦ ਹੀ ਪਾ ਲਈਏ ਮਤਲਬ ਇਗਨੋਰੈਂਸ ਆਫ ਲਾ ਇਜ਼ ਨਾਟ ਐਨ ਐਕਸਕਿਊਜ਼ ਤੁਸੀਂ ਕਹੋ ਜੀ ਮੈਂ ਤਾਂ ਗੋਲੀ ਚਲਾਈ ਸੀ ਬੰਦਾ ਮਰ ਗਿਆ ਮੇਰੇ ਕੋਲੋਂ ਮੈਨੂੰ ਨਹੀਂ ਸੀ ਪਤਾ ਇਹਦਾ ਕਤਲ ਦਾ ਕੇਸ ਚੱਲਦਾ ਇਹਦਾ ਮਤਲਬ ਅਸੀਂ ਤੁਹਾਨੂੰ ਛੱਡ ਦਈਏ ਵਾਹ ਬੀ ਵਾਹ ਲਾਅ 'ਚ ਤਾਂ ਫਿਰ ਰੋਜ਼ ਹੀ ਲੋਕ ਕਹਿਣਗੇ ਬਈ ਈਵਨ ਜਿਹੜਾ ਮੰਦਬੁੱਧੀ ਇਨਸਾਨ ਹੈ ਉਹਨੂੰ ਨਹੀਂ ਛੱਡਿਆ ਜਾਂਦਾ ਤੇ ਦੂਜੇ ਬੰਦੇ ਨੂੰ ਕਿਵੇਂ ਛੱਡਿਆ ਜਾਏਗਾ ਇਹ ਕੇਸ ਜਿਹੜਾ ਤੁਸੀਂ ਫਾਈਲ ਕੀਤਾ ਆ ਉਸ ਤੋਂ ਕੇਸ ਕਰਨ ਤੋਂ ਬਾਅਦ ਉਧਰੋਂ ਮਨ ਕਿ ਜਿਨ੍ਹਾਂ ਜਿਨ੍ਹਾਂ ਤੇ ਤੁਸੀਂ ਕੇਸ ਕੀਤਾ ਉਹਨਾਂ ਵੱਲੋਂ ਤੁਹਾਨੂੰ ਕੋਈ ਕਾਲ ਜਾਂ ਮੈਸੇਜ ਆਇਆ ਕਿਸੇ ਵੱਲੋਂ ਇੱਕ ਦੋ ਭਰਾਵਾਂ ਦਾ ਫੋਨ ਆਇਆ ਸੀ ਤੇ ਕਹਿੰਦੇ ਪਏ ਸੀ ਕਿ ਸਰ ਤੁਸੀਂ ਕਾਗਜ਼ ਕੀ ਭੇਜੇ ਨੇ ਜਿਸ ਬੰਦੇ ਨੂੰ ਇਹ ਹੀ ਅਕਲ ਨਹੀਂ ਵੀ ਇਹ ਕਾਗਜ਼ ਹੈ ਕਿ ਲੀਗਲ ਨੋਟਿਸ ਹੈ ਬੜਾ ਫਰਕ ਹੁੰਦਾ ਪਲੇਨ ਕਾਗਜ਼ ਜਿੱਥੇ ਮਰਜ਼ੀ ਡਿੱਗਿਆ ਫਿਰੇ ਪਰ ਜਿਹੜਾ ਲੀਗਲ ਨੋਟਿਸ ਹੁੰਦਾ ਨਾ ਮੈਡਮ ਉਹ ਮੋੜ ਕੱਟ ਕੇ ਵੱਜਣ ਵਾਲੀ ਗੋਲੀ ਹੁੰਦੀ ਹੈ ਇਹਨੇ ਦਰਸ਼ਕਾਂ ਦੱਸ ਦੇਣਾ ਸਿੱਧੀ ਬੰਦੂਕ 'ਚੋਂ ਨਿਕਲੀ ਗੋਲੀ ਸਿੱਧੀ ਜਾਂਦੀ ਹੈ ਅਤੇ ਜਿਹੜੀ ਇਹਦੇ ਵਿੱਚੋਂ ਨਿਕਲਦੀ ਹੈ ਨਾ ਸਾਡੇ ਵਕੀਲ ਦੀ ਕਲਮ 'ਚੋਂ ਨਿਕਲਦੀ ਉਹ ਮੋੜ ਕੱਟ ਕੇ ਵੱਜਦੀ ਹੈ ਅਤੇ ਉਸ ਤੋਂ ਬਾਅਦ ਆਦਮੀ ਬੇਹੋਸ਼ ਵੀ ਹੁੰਦਾ ਦੰਦਲਾਂ ਵੀ ਪੈਂਦੀਆਂ ਹਨੇਰੇ ਵੀ ਆਉਂਦੇ ਅੱਖਾਂ ਅੱਗੇ ਕਿਹਨਾਂ ਦੀ ਕਾਲ ਆਈ ਸੀ ਤੁਹਾਨੂੰ ਨਾਮ ਉਹਨਾਂ ਦਾ ਕੋਈ ਹੈ ਗੁਰਰੇਜ ਅਖਤਰ ਦੇ ਸ਼ਾਇਦ ਉਹਨਾਂ ਦੇ ਹਸਬੈਂਡ ਸੀਗੇ ਉਹਨਾਂ ਦਾ ਮੈਨੂੰ ਕਾਲ ਆਈ ਸੀ ਅਤੇ ਇੱਕ ਜਣਾ ਹੋਰ ਸੀ ਮੈਨੂੰ ਉਹਦਾ ਨਾਂ ਨਹੀਂ ਪਲੱਸ ਮੇਰੀ ਟੀਮ ਨੂੰ ਇੱਕ ਦੀ ਕਾਲ ਆਈ ਸੀ ਕੀ ਕਹਿੰਦੇ ਜਦੋਂ ਉਹਨਾਂ ਦੀ ਕਾਲ ਆਈ ਉਹ ਕਹਿੰਦੇ ਜੀ ਵੀ ਇਹ ਕਾਗਜ਼ ਕੀ ਨੇ ਸਾਨੂੰ ਸਮਝਾ ਦਿਓ ਸਾਨੂੰ ਸਮਝ ਨਹੀਂ ਆਈ ਤੇ ਮੈਂ ਕਿਹਾ ਜੀ ਸਮਝ ਇਹ ਆਈ ਹੈ ਕਿ ਤੁਸੀਂ ਇਹ ਗਾਣਾ ਗਾਇਆ ਤੇ ਉਹਦੇ ਵਿੱਚ ਤੁਸੀਂ ਇਹ ਗਲਤੀ ਕੀਤੀ ਹੈ ਔਰ ਇਸ ਗਲਤੀ ਦੀ ਤੁਹਾਨੂੰ ਪਨਿਸ਼ਮੈਂਟ ਲਈ ਅਸੀਂ ਲੀਗਲ ਨੋਟਿਸ ਪਾਇਆ ਔਰ ਉਹਦੇ ਵਿੱਚ ਅਸੀਂ ਤੁਹਾਨੂੰ 30 ਦਿਨਾਂ ਦਾ ਟਾਈਮ ਦਿੱਤਾ ਕਿ 30 ਦਿਨਾਂ ਵਿੱਚ ਆਪਣਾ ਪੱਖ ਰੱਖੋ ਜੇ ਤੁਸੀਂ ਆਪਣਾ ਪੱਖ ਕਾਨੂੰਨੀ ਤੌਰ ਤੇ ਸਹੀ ਰੱਖੋਗੇ ਸਾਨੂੰ ਅਪੀਲ ਹੋ ਜਾਏਗਾ ਪਲੱਸ ਮੇਰੀ ਬਰਾਦਰੀ ਜਿਹੜੀ ਵੀ ਹੈ ਵਕੀਲਾਂ ਦੇ ਭਰਾਵਾਂ ਦੀ ਬਰਾਦਰੀ ਉਹ ਕਹੇਗੀ ਕਿ ਅਸੀਂ ਇਹਨੂੰ ਛੱਡਣਾ ਤੇ ਛੱਡ ਦਿਆਂਗੇ ਤੇ ਜੇ ਕਹਿਣਗੇ ਨਹੀਂ ਆਪਾਂ ਕੇਸ ਕਰਨਾ ਹੈ ਤੇ ਆਪਾਂ ਚੰਡੀਗੜ੍ਹ ਅਦਾਲਤ 'ਚ ਇਹਨਾਂ ਦਾ ਕੇਸ ਲਾ ਦਾਂਗੇ ਸਮਨਿੰਗ ਹੋ ਜਾਏਗੀ 4-5 ਮਹੀਨਿਆਂ ਤੱਕ ਅਪੀਲ ਹੋਣੇ ਸ਼ੁਰੂ ਹੋ ਜਾਣਗੇ ਜੀ ਆਉਣਾ ਪਏਗਾ ਅਦਾਲਤ ਦੇ ਸੱਦਿਆਂ ਪਾਸਪੋਰਟ ਇਹਨਾਂ ਦੇ ਜ਼ਬਤ ਕਰਾਏ ਜਾਣਗੇ ਕਿ ਵਿਦੇਸ਼ ਨਾ ਜਾ ਸਕਣ ਕਿਉਂਕਿ ਫਿਰ ਇਹਨਾਂ ਨੂੰ ਦੇਣੀ ਪਏਗੀ ਕੋਈ 10-15-20 ਲੱਖ ਰੁਪਏ ਦੀ ਗਰੰਟੀ ਜ਼ਿੰਮੇਦਾਰੀ ਕੋਰਟ ਕਦੀ ਵੀ ਇਹਨਾਂ ਦਾ ਹੱਕ ਵੀ ਨਹੀਂ ਮਾਰੇਗੀ ਪਰ ਉਹਦੇ ਲਈ ਕੰਡੀਸ਼ਨਸ ਇੰਪੋਜ਼ ਕਰੇਗੀ ਕਿ ਤੁਸੀਂ ਇਹ ਕੰਡੀਸ਼ਨਾਂ ਦਿਓ 2 ਜਾਂ 4 ਵਿਟਨੈਸ ਦਿਓ ਵੀ ਜਿਹੜੇ ਤੁਹਾਨੂੰ ਗਰੰਟੀ ਲੈਣਗੇ ਕਿ ਤੁਸੀਂ ਵਾਪਸ ਆਓਗੇ ਪਲੱਸ 10-20 ਲੱਖ ਦੀ ਕੋਈ ਇਹਨਾਂ ਕੋਈ ਸ਼ਿਓਰਟੀ ਭਰਾਈ ਜਾਏਗੀ ਜੋ ਕੋਰਟ ਮਾਨਯੋਗ ਅਦਾਲਤ ਦਾ ਪ੍ਰੋਸੀਜਰ ਹੋਏਗਾ ਆਈ ਵੀ ਵਿਲ ਸਲਿਊਟ ਦੈਮ ਔਰ ਇਹਨਾਂ ਨੂੰ ਪੂਰਾ ਮੌਕਾ ਦਿੱਤਾ ਜਾਏਗਾ ਵੀ ਤੁਸੀਂ ਵੀ ਆਪਣਾ ਪੱਖ ਰੱਖੋ ਵੀ ਜੇ ਤੁਸੀਂ ਇਹ ਗਲਤੀ ਕੀਤੀ ਜਾਂ ਉਸ ਤੋਂ ਪਹਿਲਾਂ ਗਾਣੇ ਜੋ ਵਕੀਲ ਵਾਲੇ ਸ਼ਬਦ ਢਾ ਕੇ ਜੋ ਇਹਨਾਂ ਕੋਲੋਂ ਕੰਪਨਸੇਸ਼ਨ 'ਤੇ ਉਹ ਮੰਗੀ ਉਹ ਪੂਰੀ ਕਰ ਦੇਣ
ਤੇ ਅਸੀਂ ਇਹਨਾਂ ਨਾਲ ਕੋਈ ਸਾਡੀ ਲੜਾਈ ਨਹੀਂ, ਜਾਤੀ ਦੁਸ਼ਮਣੀ ਕੋਈ ਨਹੀਂ ਜੀ। ਮੈਂ ਬਾਲੀਵੁੱਡ ਇੰਡਸਟਰੀ ਦੀ ਗੱਲ ਕਰਾਂ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਹਾਂ ਕਿ ਅਕਸਰ ਜਿਹੜੀ ਵਿਵਾਦਤ ਨਾ ਘਿਰੀ ਰਹਿੰਦੀ ਹੈ ਨਾ, ਇਹੋ ਜਿਹੀ ਸ਼ਬਦਾਵਲੀ ਵਰਤਨੇ, ਇਹ ਜਿਹੜੇ ਦੋ ਚਾਰ ਕਲਾਕਾਰ ਨੇ ਇਹਨਾਂ ਦੇ ਨਾਮਾਂ ਤੇ ਹਮੇਸ਼ਾ ਮਨ ਕਿ ਐਦਾਂ ਹੁੰਦਾ ਕਿ ਕੋਈ ਨਾ ਕੋਈ ਇਹਨਾਂ ਦੇ ਨਾਮਾਂ ਤੋਂ ਪ੍ਰਸਿੱਧੀ ਖੱਟਣਾ ਚਾਹੁੰਦਾ ਕਿਉਂਕਿ ਇਹ ਇੰਨੇ ਮਸ਼ਹੂਰ ਨੇ, ਲੋਕ ਇਹਨਾਂ ਨੂੰ ਬਹੁਤ ਫੋਲੋ ਕਰਦੇ ਨੇ। ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ? ਇਹ ਕਿਹੋ ਜਿਹੇ ਮਸ਼ਹੂਰ ਨੇ, ਨਚਈਏ ਨੇ, ਨੱਚਣ ਗਾਣ ਵਾਲੇ, ਪੈਸੇ ਦਿਓ ਨੱਚਣਾ ਸ਼ੁਰੂ ਕਰ ਦਿੰਦੇ ਨੇ। ਇਹਨਾਂ ਦੀ ਮਸ਼ਹੂਰੀ ਕੋਈ ਅਹਿਮੀਅਤ ਨਹੀਂ ਰੱਖਦੀ, ਮਸ਼ਹੂਰੀ ਅਹਿਮੀਅਤ ਰੱਖਦੀ ਜਿਹਦਾ ਕੋਈ ਅਹੁਦਾ ਹੋਵੇ, ਜਿਹਦਾ ਕੋਈ ਰੈਂਕ ਹੋਵੇ ਸੋਸਾਇਟੀ 'ਚ, ਉਹਦੀ ਕੋਈ ਕਦਰ ਹੋਵੇ। ਇਹ ਤਾਂ ਗਾਣੇ ਗਾਉਣ ਵਾਲੇ ਨੇ, ਸਾਡੇ ਘਰ ਬਚਪਨ 'ਚ ਮਰਾਸੀ ਆਉਂਦੇ ਹੁੰਦੇ ਸੀ, ਭਾਂਡ ਆਉਂਦੇ ਹੁੰਦੇ ਸੀ, ਕਿੰਨੇ ਵਧੀਆ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਸੀ, ਇੱਜ਼ਤਦਾਰ। ਅਸੀਂ ਪਰਿਵਾਰ 'ਚ ਭੈਣ ਭਰਾ, ਮਾਂ ਪਿਓ, ਚਾਚਾ ਤਾਇਆ, ਆਂਢੀ ਗੁਆਂਢੀ ਬਹਿ ਕੇ ਵੇਖਦੇ ਸੀ। ਮੈਨੂੰ ਅੱਜ ਵੀ ਇੱਕ ਬਚਪਨ ਦਾ ਇੱਕ ਭਾਂਡ ਦਾ ਗੱਲ ਯਾਦ ਹੈ। ਉਹ ਕਹਿੰਦਾ ਬਈ ਭੰਡਾ, ਮੈਂ ਤਾਂ ਪੰਜਾਬੀ, ਮੈਂ ਅੰਗਰੇਜ਼ੀ ਸਿੱਖ ਲਈ ਹੈ। ਕਹਿੰਦਾ ਕੀ ਸਿੱਖੀ? ਕਹਿੰਦਾ ਉਹ ਮੈਨੂੰ ਮੈਡਮ ਜੀ ਬੋਲੀ, ਕਹਿੰਦੀ ਐਣੀ ਮੈਣੀ ਕਹਿਣੀ। ਕਹਿੰਦਾ ਫਿਰ ਤੂੰ ਕੀ ਜਵਾਬ ਦਿੱਤਾ? ਕਹਿੰਦਾ ਮੈਂ ਕਿਹਾ ਮੈਂ ਐਣੀ ਮੂਲੀ ਖਾਣੀ। ਸੋ ਇਹੋ ਜਿਹੇ ਹਲਕੇ ਹਲਕੇ ਮਜ਼ਾਕ, ਸਾਰਿਆਂ ਨੂੰ ਖੁਸ਼ ਕਰਨ ਵਾਲੇ ਮਜ਼ਾਕ ਚੰਗੇ ਲੱਗਦੇ ਸੀ, ਪਰ ਇਹ ਨਹੀਂ ਸੀ ਵੀ ਉਹ ਕਿਸੇ ਇੱਕ ਕਮਿਊਨਿਟੀ ਨੂੰ, ਧਰਮ ਵਿਸ਼ੇਸ਼ ਨੂੰ। ਇਹ ਤਾਂ ਕੀ ਕਹਾਂ ਮੈਡਮ, ਅਫਸੋਸ ਹੁੰਦਾ। ਸਾਡੇ ਘਰ 'ਚ ਵੀ ਧੀਆਂ ਭੈਣਾਂ ਨੇ, ਤੁਸੀਂ ਪੰਜਾਬ 'ਚ ਕੋਈ ਇਹੋ ਜਿਹੀਆਂ ਲੇਡੀਜ਼ ਜਾਂ ਲੜਕੀਆਂ ਵੇਖੀਆਂ ਕਿ ਕੱਪੜਿਆਂ ਤੋਂ ਬਾਹਰ ਹੋ ਗਈ ਤੁਰੀਆਂ ਫਿਰਦੀਆਂ? ਕਿਤੇ ਸਾਲ 'ਚ ਮਾਈ ਕੋਈ ਇੱਕ ਅੱਧੀ ਸ਼ਰਾਬਣ ਹੋ ਕੇ ਡਿੱਗ ਡੁੱਗ ਪੈਂਦੀ ਹੋਏਗੀ, ਉਹਦਾ ਮੈਂ ਸਹੁੰ ਨਹੀਂ ਖਾਂਦਾ। ਬਟ ਕਿਆ ਸਾਡੇ ਪੰਜਾਬ 'ਚ ਇਹ ਕਲਚਰ ਹੈ? ਫੋਰਨ ਬੈਠੇ ਲੋਕ ਜਿਹੜੇ ਫੋਰਨਰ ਨੇ, ਜਿਹੜੇ ਪੰਜਾਬੀ ਨਹੀਂ, ਉਹ ਕੀ ਸਮਝਣਗੇ? ਉੜਦਾ ਪੰਜਾਬ ਫਿਲਮ ਆਈ, ਸਾਰਾ ਪੰਜਾਬ ਬਰਬਾਦ ਕਰਤਾ। ਜਿਹਨੂੰ ਫੋਨ ਕਰਕੇ ਦੱਸੀ ਅਸੀਂ ਪੰਜਾਬੀ, ਉਹ ਸੋਚੇ ਡਰੱਗ ਐਡਿਕਟ ਹੈ। ਜੋ ਇਹ ਪ੍ਰੋਜੈਕਸ਼ਨਾਂ ਕਰਦੇ ਆ ਸਾਡੀਆਂ, ਪਿੱਛੇ ਜੇ ਉਹਨੇ ਸਿੱਧੂ ਮੂਸੇਵਾਲਾ ਅਤੇ ਨਾਲ ਮਨਕੀਰਤ ਔਲਖ ਨੇ ਜਿਹੜਾ ਗਾਣਾ ਗਾਇਆ ਸੀ, ਇਹਨਾਂ 'ਤੇ FIR ਨੰਬਰ 35 ਹੋਈ ਸੀ ਮਾਨਸਾ ਸਦਰ ਥਾਣੇ 'ਚ। ਉਸ ਤੋਂ ਬਾਅਦ ਇਹਨਾਂ 'ਤੇ ਕੇਸ ਚੱਲਦਾ ਪਿਆ। ਇਹਨਾਂ ਨੇ ਮੈਨੂੰ, ਮੈਂ ਉਹਦੀ ਕਾਗਜ਼ ਕਢਾ ਰਿਹਾ ਸਾਰੇ, ਔਰ ਮੈਨੂੰ ਆ ਜਾਣਗੇ, ਅਤੇ ਉਹਦੇ ਵਿੱਚ ਮੈਨੂੰ ਪੱਕਾ ਯਕੀਨ ਹੈ ਕਿ ਇਹਨਾਂ ਨੇ ਅਦਾਲਤ ਨੂੰ ਅੰਡਰਟੇਕਿੰਗ ਦਿੱਤੀ ਹੋਏਗੀ ਕਿ ਨੋ ਸੱਚ ਵਲਗੈਰਿਟੀ, ਕੋਈ ਨੋ ਨਿਊਡਿਜ਼ਮ, ਨੋ ਅਬਿਊਜ਼, ਨੋ ਗਨਸ, ਨੋ ਡਰੱਗਸ, ਨੋ ਗਟਸ। ਇਹ ਅੰਡਰਟੇਕਿੰਗ ਜ਼ਰੂਰ ਕੋਰਟ ਮਾਨਯੋਗ ਅਦਾਲਤ ਨੇ ਦਿੱਤੀ ਹੋਏਗੀ, ਅਤੇ ਜੇ ਉਹ ਮੇਰੇ ਕਾਗਜ਼ ਹੱਥ 'ਚ ਲੱਗ ਗਿਆ ਤਾਂ ਕੰਟੈਂਪਟ ਆਫ ਕੋਰਟ ਦਾ ਇੱਕ ਪਰਚਾ ਹੋਰ ਇਹਨਾਂ 'ਤੇ ਪੱਕਾ ਲਓ। ਅੱਛਾ, ਮਤਲਬ ਕਿ ਡਬਲ ਪਰਚੇ ਦੀ ਗੱਲ ਕਰ ਰਹੇ ਹੋ ਤੁਸੀਂ? ਚਾਰ ਚਾਰ, ਇਹ ਤਾਂ ਮਤਲਬ ਇਹ ਤਾਂ ਮਹਿੰਗੀ ਪੈ ਗਈ ਇਹਨਾਂ ਨੂੰ ਇਹ ਗਾਣਾ। ਅੱਛਾ, ਜਿਵੇਂ ਉਸ ਕਮਿਊਨਿਟੀ ਨਾਲ ਪੰਗਾ ਲਿਆ ਹੈ ਜਿਹੜੀ ਰੋਜ਼ ਅਦਾਲਤ ਜਾਣਾ, ਉਹਦਾ ਕੰਮ ਹੈ, ਮੇਰੀ ਕੋਸਟ ਜ਼ੀਰੋ ਹੈ ਮੈਡਮ। ਮੈਂ ਤਾਂ ਉੱਥੇ ਮਾਨਸੇ ਫੋਨ ਹੀ ਕਰਨਾ ਕਿਸੇ ਵਕੀਲ ਭਰਾ ਨੂੰ, ਅਤੇ ਕਾਗਜ਼ ਮੇਰੇ ਘਰ ਆ ਜਾਣੇ ਆ, ਸਰਟੀਫਿਕੇਟ ਕਾਪੀਆਂ ਅਪਲਾਈ ਹੋ ਜਾਣੀਆਂ, ਇਹਦਾ ਹਵਾਲਾ ਦਿੱਤਾ ਜਾਣਾ, ਕਿੱਥਾਂ ਬਚਣਗੇ? ਅਲਟੀਮੇਟ ਮੈਂ ਬਚਪਨ 'ਚ ਆਪਣੀ ਗੱਲ ਦੱਸਦਾ, ਜਦੋਂ ਮੈਂ ਬੱਚਾ ਸੀ, ਸਟੂਡੈਂਟ ਸੀ, ਕੋਰਟ ਦੇ ਬਾਹਰ ਜਾਂਦੇ ਆ ਕਾਂਬਾ ਲੱਗਦਾ ਹੁੰਦਾ ਸੀ, ਸਾਨੂੰ ਵੀ ਲੱਗਦਾ ਰਿਹਾ ਸਾਰਿਆਂ ਨੂੰ। ਜਿਵੇਂ ਤੁਹਾਨੂੰ ਕਿਹਾ ਕਿ ਲੋਕੀ ਕਹਿੰਦੇ ਨੇ ਕਿ ਵਕੀਲਾਂ ਦੇ ਚੱਕਰਾਂ 'ਚ ਨਾ ਪਈਏ, ਕਿਉਂਕਿ ਡਰ ਲੱਗਦਾ ਜਾਂ ਕਿਤੇ ਨਾ ਕਿਤੇ ਪੈਸੇ ਖਾਂਦੇ ਨੇ, ਇਹ ਵੀ ਚੀਜ਼ ਵੀ ਪੈਸੇ ਖਾਂਦੇ ਨਹੀਂ ਹੈ ਮੈਡਮ। ਸਰ ਕਿਤੇ ਨਾ ਕਿਤੇ ਇਹ ਚੀਜ਼ ਹੈ ਵੀ, ਮੈਂ ਇੱਕ ਨਹੀਂ, ਸਾਰੇ ਵਕੀਲ ਨਹੀਂ ਗਲਤ ਕਹਿੰਦੀ, ਬਟ ਕਿਤੇ ਨਾ ਕਿਤੇ ਹੈ ਵੀ। ਮੈਂ ਦੱਸਾਂ ਜੀ, ਰਾਮ ਜੇਠ ਮਲਾਨੀ ਸਰ ਦੀ ਜੇ ਮੈਂ ਗੱਲ ਕਰਾਂ, 1 ਕਰੋੜ ਰੁਪਈਆ ਉਹਨਾਂ ਦੀ ਰਿਟੇਨਰਸ਼ਿਪ ਫੀਸ ਹੈ, ਤੁਸੀਂ ਸਾਨੂੰ ਸਾਡੀ ਕਾਬਲੀਅਤ ਦਾ ਮੁੱਲ ਦੇਣਾ ਦਿਓ। 2 ਲੱਖ ਰੁਪਏ ਮੇਰੀ ਕੰਸਲਟੇਸ਼ਨ ਫੀਸ ਹੈ, ਮੇਰੇ ਕੋਲ ਕੋਈ ਆਉਂਦਾ ਮੈਂ 2 ਲੱਖ ਰੁਪਏ ਲੈਂਦਾ ਉਹਦੇ ਕੋਲੋਂ, ਸਲਾਹ ਕਰਨ ਦਾ, ਗੱਲ ਕਰਨ ਦਾ। ਉਸ ਤੋਂ ਬਾਅਦ ਕੇਸ ਦੇ ਪੈਸੇ ਲਾਦਾ, ਨਾ ਲਓ ਸਾਡੀ ਸਲਾਹ, ਅਸੀਂ ਤੁਹਾਨੂੰ ਘਰ ਸੱਦਣ ਗਏ ਹਾਂ। ਦੱਸੋ ਕਾਬਲੀਅਤ ਦਾ ਮੁੱਲ ਖਾਂਦੀ ਹੈ ਇਹ ਕੌਮ, ਕੋਈ ਟੱਟੂ ਠੇਲਾ ਚਲਾ ਕੇ ਨਹੀਂ ਖਾਂਦੀ, ਉਹ ਵੀ ਮਿਹਨਤ ਦੀ ਰੋਟੀ ਖਾਂਦੇ ਨੇ। ਪਰ ਇੱਦਾਂ ਦੀ ਵਲਗੈਰਿਟੀ ਉਹ ਲੋਕ ਵੀ ਨਹੀਂ ਬੋਲਦੇ ਜਿਹੜੇ ਵਿਚਾਰੇ ਰਿਕਸ਼ਾ ਚਲਾਉਂਦੇ ਨੇ, ਉਹਨਾਂ ਦੀ ਸ਼ਬਦਾਵਲੀ ਵੀ ਅੱਜ ਕੱਲ੍ਹ ਚੰਗੀ ਹੋ ਚੁੱਕੀ ਹੈ। ਸਮਾਜ ਦੇ ਇਹ ਲੋਕ ਸਿਰਫ ਆਪਣੀ ਥੋੜ੍ਹੀ ਜੀ ਮਤਲਬ ਇੰਪੋਰਟੈਂਸ ਬਣਾਉਣ ਦੇ ਲਈ ਕਦੀ, ਸੋਰੀ ਟੂ ਸੇ, ਨਿਊਡ ਲੜਕੀਆਂ ਵਿਖਾਉਂਦੇ ਨੇ, ਕਦੀ ਬੰਦੂਕਾਂ ਵਿਖਾਉਂਦੇ ਨੇ। ਦੱਸੋ ਤੁਸੀਂ ਪੰਜਾਬ 'ਚ, ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ, ਕਿੰਨੀਆਂ ਬੰਦੂਕਾਂ ਵੇਖੀਆਂ ਅੱਜ ਤੱਕ ਬੰਦਿਆਂ ਦੇ? ਸਵੇਰੇ ਆਫਿਸ ਤੋਂ ਘਰੋਂ ਆਫਿਸ 'ਤੇ ਘਰ ਜਾਂਦੇ ਹੋ, ਮਾਰਕੀਟਾਂ 'ਚ ਘੁੰਮਦੇ ਹੋ, ਵੇਖੀ ਆ ਕਿਸੇ ਦੇ ਹੱਥ 'ਚ ਬੰਦੂਕ? ਇਹ ਲੋਕ ਇਹ ਦਿਖਾ ਰਹੇ ਨੇ ਪੰਜਾਬ ਨੂੰ, ਜਿਹੜੇ ਬੰਦਾ ਪੰਜਾਬ ਨੂੰ ਨਹੀਂ ਜਾਂਦਾ ਉਸ ਸੋਚਦਾ ਹੋਵੇਗਾ ਕਿ ਉੱਥੇ ਪੰਜਾਬ ਸ਼ਾਇਦ ਬੰਦੂਕਾਂ ਹੀ ਚੱਲਦੀਆਂ ਰਹਿੰਦੀਆਂ 24 ਘੰਟੇ। ਮੈਂ ਸਮਾਜ ਦੀ ਗੱਲ ਕਰਾਂ ਤਾਂ ਸਮਾਜ ਦੇ ਵਿੱਚ ਹੋਰ ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ ਜਿਹਨਾਂ 'ਤੇ ਬੋਲਣਾ ਚਾਹੀਦਾ, ਜਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵੀਡੀਓਜ਼ ਵਾਇਰਲ ਹੁੰਦੀਆਂ ਨੇ। ਸੋ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਹੋਰ ਵੀ ਮੁੱਦਿਆਂ 'ਤੇ ਗੱਲ ਕੀਤੀ ਆ, ਜਾਂ ਸਿਰਫ ਸਿੰਗਰਸ ਦੇ ਨਾਮ 'ਤੇ ਹੀ ਪ੍ਰਸਿੱਧੀ ਖੱਟ ਰਹੇ ਹੋ? ਮੈਡਮ ਜੀ, ਪ੍ਰਸਿੱਧੀ ਪਰਮਾਤਮਾ ਦੀ ਦਿਆਨ ਆ, ਉਹ ਮੈਨੂੰ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ, ਸ਼ਹੀਦਾਂ ਨੇ, ਬਾਬਾ ਵਾਲੇ ਸ਼ਹੀਦਾਂ ਜੀ ਨੇ ਦੇਣੀ ਹੈ। ਮੇਰੇ 'ਤੇ ਨੂਰ ਉਹਨਾਂ ਦਾ ਹੀ ਹੈ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ, ਮੇਰਾ ਬਚਪਨ ਮਹਾਰਾਜ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਖੇਡ ਕੇ ਗੁਜ਼ਰਿਆ, ਠੀਕ ਹੈ। ਮੇਰਾ ਘਰ ਉੱਥੋਂ ਪੈਦਲ ਦੀ ਦੂਰੀ 'ਤੇ ਸੀ, ਅਤੇ ਅਸੀਂ ਨਿੱਕੇ
ਜਿਹੜੀ ਉਹ ਚੱਡੀ ਗੈਂਗ ਹੁੰਦੀ ਹੈ ਨਿਕਰਾਂ ਪਾ ਕੇ, ਅਤੇ ਅਸੀਂ ਉੱਥੇ ਦਰਬਾਰ ਸਾਹਿਬ ਸੇਵਾ ਕਰਨ ਜਾਂਦੇ ਰਹੇ ਹਾਂ, ਔਰ ਉਸੇ ਮਾਲਕ ਦੇ ਆਸ਼ੀਰਵਾਦ ਨਾਲ ਅੱਜ ਨਿਡਰ ਹਾਂ। ਨਿਰਭਉ ਉਹਨਾਂ ਨੇ ਕਿਹਾ ਸੀ ਬੰਨਾ, ਅਤੇ ਉਹਨਾਂ ਦਾ ਬੜਾ ਆਸ਼ੀਰਵਾਦ ਹੈ, ਉਹਨਾਂ ਦੇ ਮਤਲਬ ਚਰਨਾਂ ਦੀ ਧੂਲ ਨੂੰ ਆਪਣੇ ਸਿਰ 'ਤੇ ਲਾਉਂਦੇ ਹਾਂ, ਕਹਿੰਦੇ ਹਾਂ ਕਿ ਉਹਨਾਂ ਨੇ ਉਹ ਨਿਡਰ ਪੈਦਾ ਕੀਤਾ। ਸਤਲੁਜ ਦਰਿਆ 'ਚ ਗੰਦਾ ਪਾਣੀ ਸੁੱਟਿਆ ਜਾ ਰਿਹਾ, ਮੁੱਦਾ ਮੈਂ ਚੁੱਕਿਆ, ਮੇਰੇ ਸੋਸ਼ਲ ਮੀਡੀਆ 'ਤੇ ਚੈੱਕ ਕਰ ਲਓ। ਪੰਜਾਬ ਪੁਲਿਸ ਅਕੈਡਮੀ ਉੱਥੇ ਉਹਨੂੰ ਲੀਗਲ ਨੋਟਿਸ ਮੈਂ ਦਿੱਤਾ, ਪੰਜਾਬ ਪੁਲਿਸ ਨਾਲ ਪੰਗਾ ਲੈਣ ਵਾਲੀ ਗੱਲ ਹੈ। ਮੈਂ ਪ੍ਰਸਿੱਧੀ ਖਾਤਰ ਨਹੀਂ ਕੀਤਾ, ਮੈਂ ਆਪਣੀ ਜ਼ਮੀਰ ਖਾਤਰ ਕੀਤਾ ਕਿ ਜੇ ਮੈਂ ਸੰਸਾਰ 'ਤੇ ਪੈਦਾ ਹੋਇਆ ਤਾਂ ਮੈਂ ਕੁਛ ਨਾ ਕੁਛ ਤਾਂ ਸੁਸਾਇਟੀ ਨੂੰ ਔਰ ਆਪਣੇ ਜਿਹੜੇ ਵੀ ਮੇਰੇ ਸਕਸੈਸਰਸ ਰਹਿਣਗੇ ਉਹਨਾਂ ਨੂੰ ਮੈਂ ਕੁਛ ਦੇ ਕੇ ਜਾਵਾਂ। ਪਟਾਕਿਆਂ ਦੇ ਉੱਤੇ ਜਦੋਂ ਬੈਨ ਲੱਗਾ ਸੀ ਮਾਨਯੋਗ ਸੁਪਰੀਮ ਕੋਰਟ ਦਾ, ਅਤੇ ਲੋਕਲ ਪੰਜਾਬ 'ਚ ਉਹਦੇ 'ਤੇ ਅਮਲ ਨਹੀਂ ਸੀ ਹੋ ਰਿਹਾ, ਮੈਂ ਉਦੋਂ ਲੀਗਲ ਨੋਟਿਸ ਕੱਢੇ ਸੀ। ਸੇਫ ਸਕੂਲ ਵਾਹਨ ਪਾਲਿਸੀ ਦੀ ਗੱਲ ਕਰਾਂ ਵੀ ਸਕੂਲ ਜਾਣ ਵਾਲੀ ਬੱਸ, ਬੱਚਾ ਕਿਹੜੀ ਗੱਡੀ 'ਚ ਬੈਠੇਗਾ, ਉਹਦੀਆਂ ਹਦਾਇਤਾਂ ਕੀ ਹੋਣਗੀਆਂ। 8 ਨਵੰਬਰ 2013 ਨੂੰ ਮਾਨਯੋਗ ਹਾਈ ਕੋਰਟ ਨੇ ਉਹਦੇ 'ਤੇ ਫੈਸਲਾ ਦਿੱਤਾ ਸੀ, ਉਹਦੀ ਇੰਪਲੀਮੈਂਟੇਸ਼ਨ ਲਈ ਮੈਂ ਪੂਰੇ ਇੰਡੀਆ 'ਚ ਚਿੱਠੀਆਂ ਕੱਢੀਆਂ ਸੀ, ਰਜਿਸਟਰਡ ਪੋਸਟ ਈਚ DC ਨੂੰ। ਹਰ ਸ਼ਹਿਰ 'ਚ ਇੱਕ ਘੱਟੋ ਘੱਟ DC ਹੁੰਦਾ, ਅਤੇ ਗਿਣਤੀ ਕਰ ਲਓ ਵੀ 23 ਸਟੇਟਾਂ ਨੇ, ਗੁਣਾ ਕਿੰਨੇ ਅੱਗੋਂ ਡਿਸਟ੍ਰਿਕਟ ਨੇ, ਅਤੇ ਹਰ ਡਿਸਟ੍ਰਿਕਟ ਨੂੰ ਚਿੱਠੀ ਕੱਢੀ ਸੀ ਮੈਂ ਆਪਣੀ ਜੇਬ 'ਚੋਂ। ਫਿਰ ਚੰਡੀਗੜ੍ਹ ਵਿੱਚ ਜਾਂ ਪੂਰੇ ਪੰਜਾਬ 'ਚ ਸਾਇਲੈਂਸ ਜ਼ੋਨਸ ਹੈਗੀਆਂ ਨੇ। ਸਾਇਲੈਂਸ ਜ਼ੋਨ ਦਾ ਮਤਲਬ ਹੈ ਜਿੱਥੇ ਆਵਾਜ਼ ਦਾ ਸਤਰ 40 decibel ਤੋਂ ਉੱਪਰ ਰਾਤ ਨੂੰ ਅਤੇ 50 decibel ਦੇ ਉੱਤੇ ਦਿਨੇ ਨਹੀਂ ਜਾਏਗਾ। ਮੈਂ ਸਰਕਾਰ ਨੂੰ ਇਹ ਪੁੱਛਿਆ ਸੀ ਕਿ ਮੈਨੂੰ ਦੱਸੋ ਕਿ ਤੁਸੀਂ ਕਿਹੜੀ ਮਯਰਿੰਗ ਡਿਵਾਈਸ ਲਾ ਕੇ, ਮੈਂ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈਆਂ ਨੇ, ਹੁਣ ਮੇਰੀ ਕੋਵਿਡ 'ਤੇ ਕਾਲੀਆਂ ਪਰਸੋਂ ਉਹ ਪੈਣ ਵਾਲੀ ਹੈ। ਤੋ ਜਿਹੜੇ ਵੀ ਸੋਸ਼ਲ ਮੁੱਦਾ ਜਿੱਥੇ ਵੀ ਮੇਰੀ ਸੁਸਾਇਟੀ ਇੰਪੈਕਟ ਹੁੰਦੀ ਹੈ ਡਿਊ ਟੂ ਐਨੀਬਾਡੀਜ਼ ਨਿਊਸੈਂਸ, ਐਨੀਬਾਡੀਜ਼ ਗਲਤੀ, ਮੈਂ ਉਹਦੇ 'ਤੇ ਵਿਸਲ ਬਲੋਰ ਹਾਂ, ਚਾਹੇ ਉਹ ਇਨਸਾਨ ਹੋਵੇ ਚਾਹੇ ਹੋਵੇ ਜਾਨਵਰ। ਮੈਂ ਕਿਹਾ ਜੀ ਕੋਈ ਇਸ ਈਵਨ ਪੇੜ ਲਾਉਣ 'ਤੇ, ਮੈਂ ਇੱਕ ਐਸੀ ਸੰਸਥਾ ਨਾਲ ਜੁੜਿਆ ਸੀ ਚੰਡੀਗੜ੍ਹ, ਚੰਡੀਗੜ੍ਹ ਵਿੱਚ ਲਗਭਗ ਇਸ ਵੇਲੇ 6000 ਚੰਦਨ ਦੇ ਪੇੜ ਲਾ ਚੁੱਕੇ ਹਾਂ, ਚੰਦਨ ਦੇ ਪੇੜ ਸਰਕਾਰੀ ਥਾਵਾਂ 'ਤੇ। ਜਿੰਨੀ ਤੁਸੀਂ ਚੰਡੀਗੜ੍ਹ 'ਚ ਤੁਸੀਂ ਪਹਿਲਾਂ ਨੋਟਿਸ ਕਰਿਓ, ਪੇੜ ਦੀ ਬਿਲਕੁਲ ਤਣੇ ਦੇ ਨਾਲ ਲੁੱਕ ਪਈ ਸੀ, ਅਸੀਂ 3-3 ਫੁੱਟ ਉਹ ਦੂਰ ਅਸੀਂ ਕਰਾਈ ਹੈ। ਸੋ ਨੇਚਰ ਦਾ ਕੰਮ ਹੋਵੇ, ਪਸ਼ੂ ਪੰਛੀਆਂ ਦਾ ਕੰਮ ਹੋਵੇ, ਜੀਵ ਜੰਤੂਆਂ ਦਾ ਕੰਮ ਹੋਵੇ, ਇਨਸਾਨ ਦਾ ਕੰਮ ਹੋਵੇ, ਹਿਊਮੈਨਿਟੀ ਦਾ ਕੰਮ ਹੋਵੇ, ਉਹ ਅਸੀਂ ਸਾਰਾ ਕੁਝ ਕਰਦੇ ਹਾਂ ਜੀ। ਜਿੰਨੇ ਜੋਗੇ ਹੈਗੇ ਹਾਂ ਆਪਣੇ ਵੱਲੋਂ ਜ਼ੋਰ ਲਾਉਂਦੇ ਹਾਂ, ਇਮਾਨਦਾਰੀ ਨਾਲ ਜ਼ੋਰ ਲਾਉਂਦੇ ਹਾਂ, ਔਰ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਇਹਨਾਂ ਚੀਜ਼ਾਂ 'ਚ ਜੋ ਵੀ ਆਪਣੀ ਕੰਟਰੀਬਿਊਸ਼ਨ ਦੇ ਕੇ ਸੁਧਾਰ ਕਰ ਸਕੀਏ, ਅਸੀਂ ਉਹ ਸੁਧਾਰ ਕਰ ਰਹੇ ਹਾਂ ਜੀ। ਪ੍ਰਸਿੱਧੀ ਦੇਣੀ ਮੇਰੇ ਮਾਲਕ ਦੀ ਮੌਜ ਹੈ, ਮੇਰੀ ਨਹੀਂ ਹੈ। ਸੋ ਜੋ ਆਉਣੀ ਹੈ, ਜੋ ਉੱਥੋਂ ਆਸ਼ੀਰਵਾਦ ਆਉਣਾ, ਉਹਦੀ ਵਰਗੀ ਤਾਕਤ ਪੈਸੇ 'ਚ ਨਹੀਂ ਜੀ ਹੈਗੀ ਵੀ ਤੁਹਾਨੂੰ ਦੱਸਦਾ। ਉਹਦੀ ਜਦੋਂ ਉਸ ਮਾਲਕ ਦੀ ਦਾ ਹੱਥ ਮਤਲਬ ਸਾਡੇ ਸਿਰ 'ਤੇ ਆ ਜਾਏ ਜਾਂ ਉਹਨਾਂ ਦੇ ਪੈਰਾਂ ਥੱਲੇ ਸਾਨੂੰ ਥਾਂ ਮਿਲ ਜਾਏ ਨਾ ਜੀ, ਉਹਦੇ ਵਰਗੀ ਤਾਕਤ ਜ਼ਿੰਦਗੀ 'ਚ। ਮੈਂ ਕਿਹਾ ਇਸ ਕਨਪੱਟੀ 'ਤੇ ਇੱਕ ਬੰਦੇ ਨੇ ਗੋਲੀ ਰੱਖਤੀ ਸੀ, ਬੰਦੂਕ ਰੱਖਤੀ ਸੀ, ਅਤੇ ਮੈਂ ਉਹਨੂੰ ਇੱਕੋ ਗੱਲ ਕਹੀ ਸੀ, ਮੈਂ ਕਿਹਾ 1 ਇੰਚ ਦਾ ਫਰਕ ਹੈ, ਮਾਰ ਦੇ। ਅਤੇ ਉਹਦੇ ਕੋਲ ਉਹਦੀ ਉਂਗਲ ਨਹੀਂ ਸੀ ਚੱਲ ਪਾਈ। ਇੱਥੋਂ ਤੱਕ ਫਿਰ ਮੈਂ ਹਾਲੇ ਵੀ ਆਪਣੇ ਮਹਾਰਾਜ ਵਾਹਿਗੁਰੂ 'ਤੇ ਵਿਸ਼ਵਾਸ ਨਾ ਕਰਾਂ, ਅਤੇ ਮੇਰੇ ਤੋਂ ਵੱਡਾ ਬੇਵਕੂਫ ਕੋਈ ਨਹੀਂ ਜੀ। ਜੇ ਮੈਂ ਗੱਲ ਕਰਾਂ ਇਸ ਗੀਤ ਦੀ, ਇਸ ਗੀਤ 'ਚੋਂ ਤੁਸੀਂ ਚਾਹੁੰਦੇ ਕਿ ਉਹ ਜਿਹੜੇ ਵਕੀਲਾਂ ਵਾਲੀਆਂ ਸ਼ਬਦਾਵਲੀ ਆ ਲਾਈਨਾਂ ਨੇ ਦੋ, ਉਹ ਕੱਢੀਆਂ ਜਾਣ ਜਾਂ ਫਿਰ ਪੂਰਾ ਗਾਣਾ ਡਿਲੀਟ ਕੀਤਾ ਜਾਵੇ? ਦੇਖੋ ਜੀ, ਉਹ ਤਾਂ ਵੇਖਣਾ ਪਏਗਾ, ਉਹ ਮੇਰਾ ਇਕੱਲੇ ਦਾ ਵੀ ਡਿਸੀਜਨ ਨਹੀਂ ਹੈ, ਮੇਰੀ ਪੂਰੀ ਕਮਿਊਨਿਟੀ ਹੈ, ਉਹ ਜੋ ਮੇਰੀ ਕਮਿਊਨਿਟੀ, ਜੋ ਮੇਰੇ ਸੀਨੀਅਰਸ ਡਿਸਕਸ ਕਰਨਗੇ, ਜੋ ਉਹਦਾ ਹੱਲ ਕੱਢਣਗੇ, ਮੈਂ ਆਪਣੀ ਕਮਿਊਨਿਟੀ ਦੇ ਨਾਲ ਚੱਲਾਂਗਾ। ਜੇ ਤੁਹਾਡੀ ਕਮਿਊਨਿਟੀ ਨਾਲ ਨਾ ਹੁੰਦੀ, ਜੇ ਤੁਹਾਨੂੰ ਇਕੱਲੇ ਅੱਗੇ ਜਾਣਾ ਪੈਂਦਾ ਤਾਂ ਤੁਸੀਂ ਇਕੱਲੇ ਜਾਂਦੇ? ਮੈਂ 100% ਇਕੱਲਾ ਵੀ ਜਾਵਾਂਗਾ ਜੀ, ਬਟ ਮੇਰੇ ਅੰਦਰ ਇੱਕ ਮਰਿਆਦਾ ਹੈ, ਮੇਰੇ ਵੱਡੇ ਭਰਾ ਨੇ, ਮੇਰੇ ਸੀਨੀਅਰ ਐਡਵੋਕੇਟਸ ਨੇ, ਜੋ ਮੈਨੂੰ ਰਾਏ ਦੇਣਗੇ ਮੈਂ ਉਹਨਾਂ ਦੀ ਰਾਏ ਜ਼ਰੂਰ ਲਊਂਗਾ, ਪਰ ਮੈਂ ਜੋ ਇਸ ਬੀੜਾ ਚੁੱਕਿਆ ਉਹਨੂੰ ਮੈਂ ਕੰਪਲੀਟ ਕਰੂੰਗਾ ਜੀ। ਜਿਸ ਵੀ ਲੈਵਲ 'ਤੇ ਕੰਪਲੀਟ ਹੋਏਗਾ ਤੁਹਾਡੇ ਨਾਲ, ਮੈਮ ਮੇਰਾ ਵਾਅਦਾ ਹੈ ਕਿ ਚੈਨਲ 'ਤੇ ਆ ਕੇ ਦੱਸੂਗਾ ਵੀ ਇਹਦਾ ਰਿਜ਼ਲਟ ਕੀ ਨਿਕਲਿਆ। ਕਹਿਣਾ ਹੀ ਸੀ ਕਿ ਹਾਂ ਤੁਸੀਂ ਸਟਾਰਟ ਤਾਂ ਕਰ ਦਿੱਤਾ, ਜਦੋਂ ਇਹਦਾ ਕੋਈ ਸਲਿਊਸ਼ਨ ਨਿਕਲ ਜਾਵੇਗਾ, ਹੁਣ ਤਾਂ ਚਲੋ ਕਈ ਲੋਕਾਂ ਨੇ ਕਹਿਣਾ ਵੀ ਆ ਕਮੈਂਟਸ ਦੇ ਜ਼ਰੀਏ ਵੀ ਬਹੁਤ ਕਹਿਣਾ ਕਿ ਹਾਂ ਪ੍ਰਸਿੱਧੀ ਖੱਟਣ ਦੇ ਲਈ ਆ ਗਿਆ ਹੈ ਵੀ ਕਲਾਕਾਰਾਂ ਦੇ ਨਾਮ 'ਤੇ। ਮੈਡਮ ਇਸ ਤਰ੍ਹਾਂ ਹੈ ਕਿ ਤੁਸੀਂ ਮੇਰੇ ਨਾ ਗੂਗਲ ਦੇ ਉੱਤੇ ਗੂਗਲ ਸੁਜੈਸ਼ਨ ਕਿਹਦੀ ਦਿੰਦਾ ਜਿਹੜਾ ਬੰਦਾ ਮਸ਼ਹੂਰ ਹੋਵੇ ਜੀ? ਤੁਸੀਂ ਸਿਰਫ ਗੂਗਲ 'ਤੇ ਜਾਓ ਅਤੇ SUNIL ਅੱਗੇ MALL ਲਿਖੋਗੇ ਨਾ, ਅਤੇ ਅੱਗੋਂ ਪੁੱਛ ਲੈਂਦਾ ਸੁਨੀਲ ਮਲਨ ਐਡਵੋਕੇਟ, ਅਤੇ ਜਦੋਂ ਤੁਸੀਂ 4 ਵਾਰੀ ਮੈਨੂੰ ਆਪਣੇ ਮੋਬਾਈਲ 'ਤੇ ਜਾਂ ਆਪਣੇ ਕੰਪਿਊਟਰ 'ਤੇ ਸਰਚ ਕਰ ਲਓਗੇ ਨਾ, ਅਤੇ ਸਨੀ ਲਿਓਨੀ ਤੋਂ ਪਹਿਲਾਂ ਮੇਰਾ ਨਾਂ ਆਉਂਦਾ। ਸੋ ਇਸ ਕਰਕੇ ਮਸ਼ਹੂਰ ਮੈਂ ਹੈਗਾ, ਮੈਨੂੰ ਮਸ਼ਹੂਰੀ ਦੀ, ਮੈਨੂੰ TV ਸ਼ੋਅ ਦੀ, ਮੈਂ ਇੰਟਰਨੈਸ਼ਨਲ ਚੈਨਲਾਂ 'ਤੇ ਬੈਠਦਾ, ਸੱਚੀਆਂ ਗੱਲਾਂ ਕਰਦਾ, ਸਾਫ਼ ਸੁਥਰੀਆਂ ਗੱਲਾਂ ਕਰਦਾ, ਔਰ ਜਿੰਨ ਬੇਵਕੂਫ ਜਿਹਾ ਬੰਦਾ ਮੈਂ ਸਲਾਹਾਂ ਦਿੰਦਾ ਲੋਕਾਂ ਨੂੰ ਕਿ ਭਾਅ ਜੀ ਕਾਨੂੰਨ ਦੀ ਕਿਤਾਬ ਇਹ ਕਹਿੰਦੀ ਹੈ, ਬਾਹਰ ਲੋਕੀ ਕੀ ਕਰਦੇ ਮੈਨੂੰ ਨਹੀਂ ਪਤਾ। ਜੇ ਮਨਕੀਰਤ ਔਲਖ ਦੀ ਗੱਲ ਕਰਾਂ ਤਾਂ ਸਿਰਫ ਤੁਸੀਂ ਤੁਹਾਨੂੰ ਇਸ ਇਸ
दो शब्दों से आपत्ति हुई है राइट, क्योंकि इन्होंने पहला भी किसान एंथम की गीत आया इन्हों का, किसानों के नाल भी खड़े रहने, होर भी इन्होंने मुद्दे से काफ़ी गल की है, सिर्फ वकीलों के नाम तो ही जी मतलब कि एक तरीके भड़के ने जो कह सकते हैं कि भड़के हैं। इन्होंने एक स्पेसीफिक कम्यूनिटी को भड़काया जिदे करके मैं सैक्शन 149 153 भी इन्होंने लाया। जदों भी एक तुम व्यक्ति विशेष में एक कम्यूनिटी भड़का हो वो एक पनिशमेंट है, ठीक है ना जी। मैं किसी धर्म का ना लैके किसी जात का ना ला के कह सारे चोर ने, इट मीनस कि मैं भड़का रहा उन्होंने, उन्होंने अंदरों उन्होंने जगा रहा कि मेरे लड़ो। होप सो उन्हों की कोई यह इंटेंशन नहीं होगी, उन्होंने वालों हजे कोई भी कार्रवाई नहीं की गई, कोई भी तुम्हें कॉल नहीं आई, बट जो भी आँदी है तो यह सब कुछ सल्यूशन है जो हो जाएगा जल्दी। मेरे न सामने बैठो टेबल से, मैं कोई मार थोड़ी देना, भरा ने मेरे मैं चाह पिऊंगा, बैठो आप हल लभीए। देखो हर चीज़ का हल है, लड़ना आखिरी हल है। जे तुसी इन्नी गल कहंदे हो कि हाँ सामने बैठन मेरे भरा ने वो चाह मैं उन्होंने पूछा, तो तुसी उन्होंने कॉल करके कह सकते सी भरा ये गाना गीत जो लाइना ने दो डिलीट कर दे, मैनू किसी को जाना नहीं पवे, मतलब कि FIR करनी ना पवे। प्रोटोकॉल ये अलाउ नहीं करता, मैं जो फोन करांगा वो सोचेगा पता नहीं कितना कमजोर इंसान है। नहीं कोशिश कहते ना, कोशिश करनी चाहिए, एक बार उस तो बाद अगर नहीं मानते उस तो बाद FIR की जाए। धर्म है कि असीं नोटिस दिता पहला, मैं FIR नहीं कराई, मैं कोर्ट केस नहीं पाया। जे मैं 30 दिन तक कोई जेनुअन सोल्यूशन नहीं मिलता, डेफिनेटली नेक्स्ट कार्रवाई शुरू है। और मैं नहीं होंगे, मेरे कई भरावों ने शुरू करती है, ये मोर्चा खुल गया, मेरी कम्युनिटी के मैंबर, मेरा नोटिस वायरल हो रहा है, और उस नोटिस जगह जगह तो सेम कॉपी करके मैं तो उन्होंने कहना भरा सिर्फ अपना नाम बदलो पिछे, बाकी तुम कुछ बदलने की लड़ नहीं, वालों कौन है। 12 13 किन्ने पेजां दा है? 12 पेजां दा नोटिस है जी, प्लस बाकी पिछे रसीदा ने, तो इन्होंने भेजिया रसीदा, मैं कैमरे च भी दिखा दिना, ये सारिया रसीदा ने जिहड़ियां रसीदा तहत इन्हां तक कले कले तक रजिस्टर्ड पोस्ट भेजी है मैं। ओके, हाँ जी हाँ जी, पूरी पूरी रजिस्ट्री गई है जी, ठीक है। और प्रोपर काम साडा कच्चा नहीं है जी, तो यह रसीदा ने जी, सो काम असी बिल्कुल है, साडा नोटिस है, ये सारी पार्टियां का नाम लिखे है, कले कले का एड्रैस फोन नंबर एवरीथिंग दिता है, यदि कॉपी मैं चैनल में भी दे देना, तुम बेशक चलाओ, ये पब्लिक डाकूमेंट है, ये तो राइट है हर बंदे का इस वे, क्योंकि एक एडवोकेट ने जो तो साइन करता एक जुडिशियल डाकूमेंट बन गया, ये कल कोर्ट च भी लगना है। सो असी हाँ जी, जे मैं ये गाने की गल करा, जो शब्द बाय चांस ना होंगे तो यह गाना तुम्हें किन्ना पसंद है? गाना बहुत वधिया जी, पर गंज कढ़ दो, वलगैरिटी कढ़ दो, अब्यूज कढ़ दो। मैं तो उस पुराने जमाने के जिहड़े साडे मरासी सी, मैं उन्होंने तारीफ कर रहा, सानू तो उन्होंने गल्लां भी चंगी लगदियां सी, इह भी मर्यादा च रह के गल्लां करो यार, तुसीं वैली जट बना दिंदे हो, जट्टां ने कुर्बानियां की कीतियां, विखाओ वेखो तो सही जाके। समाज दे विच बहुत सारे लोग कहिंदे ने कि यूथ नूं इह गाने खराब कर रहे ने, फिर कितना कितने कलाकारां दा वड्डा हाथ है कि हाँ यूथ नूं, जिहड़े यूथ ने जिवें गन्नां नूं प्रमोट करदे ने, है ना, वलगैरिटी दिखांदे ने। बुलट तां रख्या पटाके पाउण नूं, किन्ने चलाण होए कदी RTA पा के चैक करा के देखो, गाना निकलिया एवरी बुलट वाज पटाके मार रहा है, और कई बुजुर्गों की डैथ भी हुई उस पटाकों करके, बुजुर्ग के लागों लंघना पटाका मारना हाय हौके नाल सच्ची मुची डैथ हुई है। जिम्मेदार कौन है? ये बेवकूफ कम्यूनिटी जिहड़ी इहो जी वलगैरिटी करती है, जिहड़ी इहो जी गंदगी करती है, क्यों ना इन्हां ते शिकंजा कसिया जाए। और मैं अगली PAL पाउण लगा, जिस लॉकडाउन खुले साडियां अदालतां नॉर्मलाइज हो जाण, पंजाब का एक स्पेसीफिक सेंसर बोर्ड होएगा, और उस सेंसर बोर्ड में साड़ी वकील कम्यूनिटी वालों प्रॉपर गाइडलाइनस जानगियां कि किसी गाने च किसी फिल्म च या किसी भी जिहड़ी भी उस सेंसर बोर्ड के घेरे च आती है, यह चीज़ा स्ट्रिक्टली नॉट अलाउड होणगियां। मैडम तुसीं इहनूं सिर्फ एक छोटी जी गल ना समझो कि एक वकील कम्यूनिटी ने मड़ जा गुस्सा कर लिया, नो 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 नो, पंजाब साढ़े का कल्चर, पंजाबीयत नूं बदनाम करन दी कोशिश हो रही है, साजिश है बहुत वड्डे लैवल ते है। मैं ते इच देशद्रोह दा मुकदमे दा केस भी लाया, ये चो धारा भी लाई है 121 भी ते 124 भी, कि इन्होंने साडे देश दे देशद्रोह कर रहे ने, मतलब ये प्रोजेक्ट कर रहे कि हर पंजाबी बंदूक रखी बैठा, हर पंजाबी कुड़ी रखी बैठा, हर पंजाबी ड्रग लैंदा, हर पंजाबी वकील नूं मोढ़े ते मोढ़िआं दी कुचड़ चुक्की फिरदा जिद्दां दे भाषा बोलदे ने, ते हर जिहड़ा वकील आ उह खोखा ही है, चलिया कारतूस है, हुण वकीलां दा मुल्ल पै जाएगा जी, किन्ना क महंगा पैंदा, किन्ने क नोटसां दा जवाब दिओगे। इह ते मोर्चा खुल गया, ते उह जिवें तड़तड़ी चलदी है ना, जिहड़ी लड़ी इह तड़तड़ी चलणी है, हले ते जुम्मा जुम्मा 9 दिन होए आ, 15 दा नोटिस है समझो, 16 17 18 नूं मेरे को निकलिया, इह ते 20 तरीक होई है, 21 तरीक होई है,
ਤੇ ਤੁਸੀਂ ਹਫਤਾ ਹੋਰ ਵੇਖੋ ਤਾਂ ਬਣਦਾ ਕੀ ਹੈ। ਸੋ ਇਹ ਸੀ ਮਨਕੀਰਤ ਔਲਖ, ਸੁਨੀਲ ਮੱਲਨ ਜੀ ਜਿਨ੍ਹਾਂ ਨੇ ਮਨਕੀਰਤ ਔਲਖ ਦਾ ਜਿਹੜਾ ਗੀਤ ਆਇਆ ਆ ਅੱਠ ਰਫਲਾ ਉੱਤੇ ਕੇਸ ਕੀਤਾ। ਸੋ ਸੁਨੀਲ ਜੀ ਕੀ ਕਹਿਣਾ ਚਾਹੋਗੇ ਆਖਿਰ ਦੇ ਵਿੱਚ ਇਹਨਾਂ ਨੂੰ ਕਿ ਹਾਂ ਇਹ ਗੀਤ ਦੇ ਵਿੱਚੋਂ ਬੋਲ ਹਟਾ ਦਿੱਤੇ ਜਾਣ ਜਾਂ ਗੀਤ ਡਿਲੀਟ ਕੀਤਾ ਜਾਵੇ ਜਾਂ ਤੁਹਾਡੇ ਨਾਲ ਅੱਗੇ ਗੱਲ ਕਰਨ, ਸੋ ਕੀ ਇੱਕ ਲਾਸਟ ਅਪੀਲ ਕਰਨਾ ਚਾਹੋਗੇ? ਅਪੀਲ ਨਹੀਂ, ਮੈਂ ਡਾਇਰੈਕਸ਼ਨ ਦੇਣਾ ਚਾਹਾਂਗਾ। ਮੈਂ ਇਹਨਾਂ ਨੂੰ ਅਪੀਲ ਕਿਉਂ ਕਰਾਂ? ਫਿਰ ਉਹ ਇਹ ਗੱਲ ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ? ਵਕੀਲ ਡਾਇਰੈਕਸ਼ਨ ਦਿੰਦਾ, ਮੇਰੇ ਲੀਗਲ ਨੋਟਿਸ ਦੇ ਪਿੱਛੇ ਲਿਖ ਕੇ ਆਇਆ ਯੂ ਆਰ ਡਾਇਰੈਕਟਿਡ ਟੂ, ਯੂ ਆਰ ਸੁਜੈਸਟਿਡ ਨਹੀਂ, ਸਲਾਹ ਨਹੀਂ ਦਿੰਦਾ ਮੈਂ, ਸਲਾਹ ਤਾਂ ਤੁਹਾਨੂੰ ਦਊਂਗਾ ਨਾ ਜਿਹੜਾ ਮੇਰਾ ਕਲਾਇੰਟ ਹੈ। ਇਹਨਾਂ ਨੂੰ ਮੈਂ ਡਾਇਰੈਕਸ਼ਨ ਦਿੰਦਾ ਬੀਇੰਗ ਆਫੀਸਰ ਆਫ ਕੋਰਟ ਕਿ ਇਸ ਗਾਣੇ 'ਚੋਂ, ਇਸ ਨਹੀਂ ਓਵਰਆਲ ਗਾਣਿਆਂ 'ਚੋਂ ਜੋ ਤੁਹਾਨੂੰ ਮਾਨਯੋਗ ਸੁਪਰੀਮ ਕੋਰਟ ਨੇ, ਹਾਈ ਕੋਰਟ ਨੇ ਔਰ ਤੁਹਾਨੂੰ ਲੋਕਲ ਕੋਰਟ ਨੇ ਡਾਇਰੈਕਸ਼ਨਾਂ ਦਿੱਤੀਆਂ, ਗੰਜ ਦਾ ਇਸਤੇਮਾਲ, ਹਾਈ ਪਾਵਰ ਦਾ ਇਸਤੇਮਾਲ, ਜਿਹੜੀਆਂ ਵੱਡੀਆਂ ਗੱਡੀਆਂ ਦਾ ਮਿਸਯੂਜ਼, ਨਿਊਡਿਜ਼ਮ, ਲੜਕੀਆਂ ਦੀਆਂ ਇੰਨੀਆਂ ਇੰਨੀਆਂ ਡਰੈੱਸਾਂ ਪਾਉਂਦੇ ਨੇ, ਥੋੜ੍ਹੀਆਂ ਥੱਲੇ ਤਾਂ ਕਰ ਦਿਉ, ਉੱਪਰੋਂ ਵੀ ਢੱਕ ਦਿਉ। ਸਾਡੀਆਂ ਭੈਣਾਂ ਇੱਦਾਂ ਦੀਆਂ ਮਾੜੀਆਂ ਨਹੀਂ ਹੈ ਪੰਜਾਬ 'ਚ, ਬੜੀਆਂ ਵਿਚਾਰੀਆਂ ਕੱਜੀਆਂ ਢੱਕੀਆਂ ਜਾਂਦੀਆਂ ਇਹਨਾਂ ਦੀ ਇਹੋ ਜਿਹੀ ਵਲਗੈਰਿਟੀ ਕਰਕੇ। ਸਾਡਾ ਜਿਹੜਾ ਯੂਥ ਹੈ, ਚਾਹੇ ਉਹ ਲੜਕਾ ਹੈ ਚਾਹੇ ਲੜਕੀ ਹੈ, ਸ਼ਰਾਬਾਂ ਦੇ ਸੀਨ ਵਿਖਾਉਂਦੇ ਹੋ ਤੁਸੀਂ, ਮਤਲਬ ਹਾਈ ਪਾਵਰ, ਕਿ ਉਹ ਸ਼ਾਇਦ ਉਹ ਵਾਲੀ ਸੁਸਾਇਟੀ ਹਾਈ ਹੈ ਜਿਹੜੀ ਸ਼ਰਾਬ ਪੀਂਦੀ ਹੈ, ਸਿਗਟਾਂ ਪੂਕਦੀ ਹੈ, ਅਤੇ ਸਾਡੇ ਕਲੱਬਾਂ 'ਚ ਸ਼ੁਰੂਆਤ ਹੋ ਗਈ ਹੈ। ਇਹ ਸਾਰਿਆਂ ਦੇ ਉੱਤੇ ਬੈਨ ਲਾਉਣ ਵਾਸਤੇ ਮੇਰੀ ਅਪੀਲ ਹੈ। ਸ਼ੁਰੂਆਤ ਸਿਰਫ ਇੱਕ ਵਕੀਲਾਂ ਦੇ ਗਾਣੇ ਤੋਂ ਹੈ, ਇੱਕ ਹੋਰ ਸਾਡੇ ਕੋਈ ਭੈਣ ਜੀ ਆ, ਉਹਨਾਂ ਨੇ ਵੀ ਗਾਣਾ ਗਾਇਆ ਲੁੱਟ ਲਈ ਵਕੀਲਾਂ ਨੇ, ਹੁਣ ਉਹਨਾਂ ਨੂੰ ਅਸੀਂ ਲੁੱਟ ਕੇ ਦਿਖਾਵਾਂਗੇ ਕਿਵੇਂ ਲੁੱਟਦੇ ਨੇ ਵਕੀਲ। ਮਤਲਬ ਉੱਠੋ ਅਤੇ ਜੋ ਮਰਜ਼ੀ ਬੋਲ ਦਿਓ, ਐਂਟਰਟੇਨਮੈਂਟ ਕਰਨੀ ਹੈ, ਤੁਸੀਂ ਐਂਟਰਟੇਨਮੈਂਟ ਦੇ ਨਾਂ 'ਤੇ ਤੁਸੀਂ ਵਲਗੈਰਿਟੀ ਦਿਖਾਓ ਤੁਸੀਂ ਕਿਸੇ ਧਰਮ ਵਿਸ਼ੇਸ਼ ਨੂੰ। ਸੋ ਮੈਂ ਇੱਕ ਡਾਇਰੈਕਸ਼ਨ ਦਿੰਦਾ, ਫਿਰ ਅੱਗੇ ਤੋਂ ਇਹ ਕੰਮ ਬੰਦ ਕਰ ਦਿਉ, ਪਿਛਲਾ ਜੋ ਕੰਮ ਕੀਤਾ ਕਮ ਐਂਡ ਸਿੱਟ ਅਕਰੋਸ ਦੀ ਟੇਬਲ, ਡਿਸਾਈਡ ਕਰੋ ਅਤੇ ਆਪਾਂ ਜੋ ਸਲਿਊਸ਼ਨ ਨਿਕਲੇਗਾ ਉਹਨੂੰ ਸੋਲਵ ਕਰੀਏ। ਮੈਨੂੰ ਇੱਕ ਰੁਪਏ ਦਾ ਲਾਲਚ ਨਹੀਂ ਕਿਸੇ ਕੋਲੋਂ, ਜਿਹੜਾ ਕੰਮ ਕਰਨਾ ਕਿਸੇ ਗੁਰਦੁਆਰੇ ਮੰਦਿਰ ਦਾ ਟਾਈਮ ਰੱਖ ਲਓ, ਮੈਨੂੰ ਤਾਂ ਵੀ ਕੋਈ ਇਤਰਾਜ਼ ਨਹੀਂ, ਜਿੱਥੇ ਬਹਿਣਾ ਬੈਠੋ, ਪਰ ਜੋ ਕੰਮ ਹੈ ਮਰਿਆਦਾ ਦੇ ਵਿੱਚ ਰਹਿ ਕੇ ਕਰਨਾ, ਕਰਨਾ ਕਰ ਲਓ, ਨਹੀਂ ਤਾਂ ਜੋ ਪ੍ਰੋਸੀਜਰ ਹੈ ਚੱਲਦਾ ਪਿਆ ਚੱਲ ਹੀ ਜਾਏਗਾ। ਬਾਕੀ ਮੈਂ ਇੱਕ ਫਿਰ ਕਲੀਅਰ ਗੱਲ ਕਰਦਾ, ਮੇਰੀ ਕਿਸੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਹੈ ਜੀ। ਸੋ ਇਸ ਤਰ੍ਹਾਂ ਸਾਡੇ ਨਾਲ ਸੁਨੀਲ ਮੱਲਨ ਜੀ ਐਡਵੋਕੇਟ, ਜਿਨ੍ਹਾਂ ਨੇ ਦੱਸਿਆ ਕਿ ਮੇਰਾ ਮੇਨ ਮਕਸਦ ਸਿਰਫ ਮਨਕੀਰਤ ਔਲਖ ਜਾਂ ਇਹਨਾਂ ਦੇ ਗੀਤ 'ਤੇ ਨਹੀਂ ਆ, ਜੋ ਇਹ ਵਲਗੈਰਿਟੀ ਦਿਖਾ ਰਹੇ ਨੇ, ਜਿਸ ਗੰਨਾਂ ਨੂੰ ਪ੍ਰਮੋਟ ਕਰ ਰਹੇ ਨੇ, ਜੋ ਸ਼ਬਦਾਵਲੀ ਵਰਤੀ ਜਾ ਰਹੀ ਹੈ ਅੱਜ ਕੱਲ੍ਹ ਦੇ ਗੀਤਾਂ ਦੇ ਵਿੱਚ, ਉਸ ਤਰੀਕੇ ਦੀ ਸ਼ਬਦਾਵਲੀ ਨਾ ਵਰਤੀ ਜਾਵੇ, ਵਲਗੈਰਿਟੀ ਨਾ ਵਰਤੀ ਜਾਵੇ, ਤਾਂ ਜੋ ਜਿਹੜਾ ਸਾਡਾ ਸਮਾਜ ਆ, ਸਮਾਜ ਦੇ ਵਿੱਚ ਯੂਥ ਵੀ ਆ, ਮੁੰਡੇ ਕੁੜੀਆਂ ਨੇ, ਉਹ ਖਰਾਬ ਨਾ ਹੋਣ। ਸੋ ਹਜੇ ਮਨਕੀਰਤ ਹੋਣਾ ਵੱਲੋਂ ਕੋਈ ਵੀ ਜਿਹੜੀ ਇਹ ਜਾਣਕਾਰੀ ਸਾਹਮਣੇ ਨਹੀਂ ਆਈ, ਉਹਨਾਂ ਨੇ ਕੋਈ ਵੀ, ਇਹਨਾਂ ਨੇ ਕੇਸ ਜੋ ਫਾਈਲ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਹੈ, ਉਹਨਾਂ ਦਾ ਕੀ ਪੱਖ ਹੋਵੇਗਾ ਅਸੀਂ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ। ਹਜੇ ਸੁਨੀਲ ਮੱਲਨ ਉਹਨਾਂ ਨੇ ਜੋ ਕਾਰਵਾਈ ਕੀਤੀ ਹੈ ਸਿਰਫ ਉਸ ਬਾਰੇ ਜਾਣਕਾਰੀ ਦਿੱਤੀ ਹੈ। ਸੋ ਅੱਗੇ ਦੀ ਕੀ ਕਾਰਵਾਈ ਹੋਵੇਗੀ ਉਸਦੇ ਵੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਜੁੜੇ ਰਹੋ ਹਮਦਰਦ ਟੀਵੀ ਦੇ ਨਾਲ।